सत श्री अकाल, नमस्कार, आदाब। मैं तुहाडा गुरलाल फिर हाजिर प्रोग्राम ओपन प्लेटफॉर्म लैके। दर्शकों, मैं तुहाडे रूबरू हूँ ट्यूजडे वेंसडे थर्सडे शाम 9 बजे पैसिफिक टाइम साडे कैलिफोर्निया स्टूडियो तो जस पंजाबी उत्ते। दर्शकों, बहुत चीज़ां नवीं पिछले 24 घंटे च वापर गई। जे आपां गल करिए इंडिया तो आउण ते जाण वालियां दीआं पाबंदियां जिहड़ियां नवीआं लगियां ने, उस तो बाद किसान अंदोलन की गल करिए, उस तो बाद जे आपां गल करिए आक्सीजन की जिहड़ी कमी है इस टाइम इंडिया दे विच चल रही है करोना महामारी नूं लैके, ते उस तो बाद करोना का जिहड़ा कहर पूरे इंडिया दे विच चल रहा। 3 लाख तो वध केस आउणे ते बहुत सारिया गल्लां ने जिहड़ियां आपां करांगे, पर अपने ना एक मुअज्जज मेहमान इंडिया तो बन गए ने, उन्हां नाल सारी चीज़ां की चर्चा करांगे। मेरे कहने तो भाव साडे मेडिकल साइंस नाल जुड़े हुए डॉक्टर डॉक्टर प्यारालाल जी गर्ग जिहड़े चंडीगढ़ तो साडे नाल हुण जुड़नगे, तो वह सारिया गल्लां ते चानणा पाउणगे अपने नाल। तुहाडा भी कोई क्वेश्चन है तो कॉल जरूर करो, पहले उन्हां दा स्वागत करते हैं। डॉक्टर साहब, बहुत बहुत स्वागत जी तुहाडा जस पंजाबी ते प्रोग्राम ओपन प्लेटफॉर्म ते जी। शुक्रिया जी, बहुत बहुत सत श्री अकाल जी गुरपाल जी। डॉक्टर साहब, पता लग्या सी तुहाडी सेहत नहीं सी ठीक पिछले दिनां च, हुण किस तरह हो, किदां फील कर रहे हो? हुण बिल्कुल ठीक है जी। पता लग्या कोरोना चो निकल के आए हो तुसीं, ते सल्यूट करदे जी तुसीं इस उम्र दे विच वधिया तुसीं परफॉर्मेंस दित्ती। ते डॉक्टर साहब, बाकी चीज़ां आपां बाद च जाणे, किसान अंदोलन नाल ते होर कई चीज़ां ने जिहड़ियां आपां चर्चा करनी, पर सारे तो पहला मैं तुहाडी एक इंटरव्यू देखी सी कि तुहानू कड़े बड़े इशूज आए जो तुहानू होस्पिटल भर्ती किया गया। हुण तुहाडे वर्गे मेहमान नाल, तुहाडे वर्गे मुअज्जज शख्सियत नाल जे आ कुछ वापर सकदा तो तुसीं माड़ा जिहा एलैबोरेट करो कि एक रैगूलर साधारण बंदे नूं जे इशू आ जाए तो उहदा फिर की हुंदा होगा उत्थे। ਅਸਲ ਚ ਗੁਰਵਾਲ ਜੀ, ਮੈਂ ਉੱਥੇ ਗਿਆ ਤਾਂ ਇਹਦੇ ਕੋਮਨ ਮੈਨ ਹੀ ਸੀਗਾ ਜੀ, ਜਨਰਲ ਵਾਰਡ ਚ ਮੈਂ ਦਾਖਲ ਹੋਇਆ ਸੀ। ਮੈਨੂੰ ਪ੍ਰਾਈਵੇਟ ਦਾ ਭਾਵੇਂ ਇੱਥੇ ਉੱਥੇ ਵੀ ਇੰਟਾਈਟਲਮੈਂਟ ਸੀ, ਇੱਥੇ ਪ੍ਰਾਈਵੇਟ ਬਾਅਦ ਮੈਂ ਸਰਕਾਰੀ ਕਲਾਸ ਕਰ ਜੀ, ਮੈਨੂੰ ਸਰਕਾਰੀ ਹਸਪਤਾਲ ਜਨਰਲ ਵਾਰਡ ਤੇ ਜ਼ਿਆਦਾ ਯਕੀਨ ਲੱਗਾ। ਉੱਥੇ ਜਾ ਕੇ ਜਿਹੜੀ ਮੈਂ ਗੱਲ ਦੇਖੀ, ਦੋ ਬਿਲਕੁਲ ਇੱਕ ਦੂਜੇ ਦੇ ਅਲੱਗ ਗੱਲਾਂ ਦੇਖੀ। ਇਹ ਜੇ ਚੰਗੀ ਗੱਲ ਪਹਿਲਾਂ ਕਹੀ ਹੋਵੇ ਉਹਨਾਂ ਦੀ, ਤਾਂ ਇਹ ਦੇਖੀ ਆਮ ਤੌਰ ਤੇ ਲੋਕ ਹਸਪਤਾਲ ਕੋਈ ਜਮਾ ਹੀ ਨਹੀਂ ਪੁੱਛਦਾ, ਕਲਾਸ ਕੰਮ ਨਹੀਂ ਕਰਦੇ, ਨਰਸਾਂ ਕੰਮ ਨਹੀਂ ਕਰਦੀਆਂ। ਉੱਥੇ ਮੈਂ ਜਾ ਕੇ ਦੇਖਿਆ ਕਿ ਕਲਾਸ ਨਰਸਾਂ ਅਤੇ ਡਾਇਟ ਵਾਲਾ ਇੰਨਾ ਕੰਮ ਕਰਦੇ ਸੀ ਕਿ ਨਤਮਸਤਕ ਹੋਣ ਨੂੰ ਦਿਲ ਕਰ ਜੀ। 12-12 14-14 ਵਾਰੀ ਗੇੜੇ ਲਾਉਂਦੀਆਂ ਸੀ ਨਰਸ, ਰਾਤ ਨੂੰ ਵੀ 4-4 ਗੇੜੇ ਲਾਉਂਦੇ। ਡਾਇਟ ਵਾਲਾ ਪੁੱਛੇਗਾ ਕਿ ਹੋਰ ਕੁਛ ਚਾਹੀਦਾ ਜੀ, ਅਤੇ ਸਫਾਈ ਵਾਲਾ ਵਾਰ ਵਾਰ ਕਰੇਗਾ। ਸੋ ਉਹ ਤਾਂ ਕੰਮ ਕਰਦੇ ਸੀ ਬਹੁਤ, ਮਰੀਜ਼ ਨੂੰ ਕੋਈ ਉਹਨਾਂ ਨੂੰ ਕੋਈ ਕਿਸੇ ਮਰੀਜ਼ ਨੂੰ ਜੇ ਗਿਰ ਗਿਆ ਉਹਨੂੰ ਚੁੱਕ ਕੇ ਬਾਥਰੂਮ 'ਚ ਲੈ ਕੇ ਜਾਣ ਕੇ ਵੀਲ ਚੇਅਰ 'ਤੇ ਪਹੁੰਚਦਾ, ਬਿਲਕੁਲ ਹੀ ਘਰਦੇ ਝਿਜਕਦੇ ਨੇ ਕਈ ਵਾਰੀ ਝਿਜਕਦੇ। ਇਹ ਤਾਂ ਸੀਗਾ ਉਹਦਾ ਚੰਗਾ ਪੱਖ ਜੀ। ਜੇ ਮੈਂ ਦੂਜਾ ਪੱਖ ਦੇਖਾਂ ਪ੍ਰਬੰਧ ਦੇ ਪੱਖ, ਉਹ ਇੰਨਾ ਮਾੜਾ ਸੀ ਜਿਹੜਾ ਮਤਲਬ ਕੋਈ ਬੰਦਾ ਕਦੇ ਮੈਂ ਡਿਸਪੈਂਸਰੀ 'ਚ ਵੀ ਨਹੀਂ ਸੋਚ ਸਕਦਾ। ਇਹ ਤਾਂ ਨੈਸ਼ਨਲ ਉਹ ਕੀ ਸੀ ਨਾ, ਉੱਥੇ ਬਾਥਰੂਮ ਕੀ ਬੰਦਿਆਂ ਵਾਸਤੇ ਵਾਰਡ ਹੈ, 6-6 ਬੰਦਿਆਂ ਦੇ ਕਮਰੇ ਬਣੇ ਹੋਏ ਨੇ ਬੈਠਦੇ, ਅਤੇ ਉਹਨਾਂ ਵਾਸਤੇ ਕਾਮਨ ਬਾਥਰੂਮ ਨੇ। ਉਸ ਬਾਥਰੂਮ 'ਚ 11 ਦਿਨ ਮੈਂ ਹਸਪਤਾਲ 'ਚ ਰਿਹਾ, ਹਾਂ ਇੱਕ ਦਿਨ ਵੀ 1 ਘੰਟੇ ਵਾਸਤੇ ਵੀ ਨਾ ਸੈਨੇਟਾਈਜ਼ਰ ਨਾ ਸਾਫ਼, ਐਡੇ ਐਡੇ ਚੂਹੇ ਫਿਰਦੇ ਸੀ ਜਿਵੇਂ ਬਿੱਲੀ ਹੁੰਦੇ ਨੇ। ਇਹ ਜਿਹੜਾ ਯੂਰੀਨਲ ਪੋਰਟ ਸੀ ਉਹ ਨਵੇਂ 'ਚ ਪਾਈਪ ਲਗਾ ਜਾਂ ਟੁੱਟਿਆ ਤੁਹਾਡੇ ਪੈਰਾਂ 'ਚ ਪੈਂਦਾ ਸੀ। ਡਾਕਟਰ ਸਾਹਿਬ, ਇੱਕ ਮੈਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਦਾ, ਆਪਾਂ ਗੱਲ ਕਰ ਰਹੇ ਹਾਂ PGI ਚੰਡੀਗੜ੍ਹ ਦੀ। ਹਾਂਜੀ, PGI ਚੰਡੀਗੜ੍ਹ ਦੀ, PGI ਚੰਡੀਗੜ੍ਹ ਨਹਿਰੂ ਹਸਪੀਟਲ ਐਕਸਟੈਂਸ਼ਨ ਬਿਲਕੁਲ ਨਵੀਂ ਬਣੀ ਹੈ, ਬਿਲਕੁਲ ਹੀ ਨਵਾਂ ਬਣਿਆ ਉਹ ਹਸਪਤਾਲ ਉਹਦਾ ਜੀ ਨਵਾਂ। ਇਹਦੇ ਨੂੰ ਹੀ ਉਹਨਾਂ ਨੇ ਕੋਵਿਡ 'ਚ ਹੀ ਟੇਕ ਓਵਰ ਕਰਿਆ, ਜੋ ਉਹਦੇ ਵਿੱਚ ਜਿਹੜਾ ਲੈਟਰਨ ਹੈ ਤੁਸੀਂ ਆਪੇ ਗੁਰਪਾਲ ਜੀ ਅੰਦਾਜ਼ਾ ਲਾ ਲਓ, 5 ਫੁੱਟ 22.5 ਫੁੱਟ ਹੀ ਹੈ ਉਹਦੇ ਅੰਦਰ। ਵੀਲਚੇਅਰ ਨੇ ਤਾਂ ਜਾਣਾ, ਕਿਸੇ ਨਾਲ ਪੜ ਕੇ ਨਹੀਂ ਜਾ ਸਕਦਾ, ਕੋਈ ਨਾਲ ਸਪੋਰਟ ਚਾਹੀਦਾ ਹੁੰਦਾ। ਫਿਰ ਤੁਸੀਂ ਜੇ ਉਹਦਾ ਗੇਟ ਬੰਦ ਕਰਨਾ, ਤੁਸੀਂ ਕਮੋਡ ਦੇ ਪਿਛਲੇ ਪਾਸੇ ਖੜ੍ਹੇ ਹੋਵੋਗੇ, ਹਾਂ ਤੁਸੀਂ ਗੇਟ ਬੰਦ ਕਰ ਸਕਦੇ ਹੋ, ਫਿਰ ਪਿੱਛੇ ਜਾ ਕੇ ਖੜੇ ਹੋ ਕੇ ਤਾਂ ਫੁੱਟ ਪੱਕੇ। ਪਾਣੀ ਜਿਹੜਾ ਬਾਥਰੂਮ ਜਿਹੜਾ ਤੁਸੀਂ ਹੱਥ ਧੋਣੇ ਹੋ, ਜਦ ਸਾਬਣ ਤੇ ਸੈਨੇਟਰੀ ਤਾਂ ਹੈ ਹੀ ਨਹੀਂ, ਇੱਕ ਤਾਂ ਉੱਥੇ ਹਿਊਮਨ ਸੈਂਸਿਟਿਵ ਹੋਣ ਦੀ ਬਜਾਏ ਸੈਂਸਰ ਟੈਪ ਦੀ ਬਜਾਏ ਦੱਬਣਾ ਪੈਂਦਾ, ਅਤੇ ਉਹ 1 ਲੱਖ ਤੁਹਾਡੇ ਜੇ 5-7-10 ਕਿੰਟ ਚੱਲਦਾ ਤਾਂ ਤੁਹਾਨੂੰ ਸਾਰੇ 5-4 ਵਾਰੀ ਤੁਹਾਨੂੰ ਦੱਬਣਾ ਪੈਂਦਾ, ਸਿੰਪਲ ਹੱਥ ਬਿਨਾਂ ਸਾਬਣ ਧੋਣੇ ਹੋਣ, ਅਤੇ ਤੁਹਾਡੇ ਸਾਰੇ ਕੱਪੜੇ ਜਾਂਦੇ ਨੇ ਕਿ ਤੁਸੀਂ ਬੈਡਰੂਮ 'ਤੇ ਜਾਂਦੇ ਨੇ ਬੈੱਡ 'ਤੇ,
ਇਦਾਂ ਹੀ ਵੀਲ ਚੇਅਰ ਜਮਾਈ ਜੰਗ ਲੱਗੀ ਹੋਈ, ਫੁੱਟ ਪੈਡ ਹੈ ਨਹੀਂ ਜਿਹਦੇ ਬੰਦਾ ਪੈਰ, ਜੇ ਮਰੀਜ਼ ਨੂੰ ਬਾਹਰ ਮੈਨੂੰ ਲੈ ਕੇ ਆ ਰਹੇ ਸੀ, ਸਾਰਾ ਸਮਾਨ ਤੁਹਾਡੇ ਪੱਟਾਂ ਤੇ ਡੱਬ ਇੱਥੇ ਪੱਟਾਂ ਕਰ ਦਿੰਦੇ ਨੇ, ਤੁਹਾਡੇ ਬੈਗ ਤੁਹਾਡਾ ਕੱਪੜ। ਅੱਛਾ ਫਿਰ ਉਹ ਰੈਂਪ ਇੰਨੀ ਤੇਜ਼ ਆ, ਮੈਨੂੰ ਪਤਾ ਨਹੀਂ ਕਿ ਉਹ ਰੈਂਪ ਤੋਂ ਉਹ ਕੁਰਸੀ ਤੋਂ ਤਿਲਕ ਗਈ ਤਾਂ ਵਿਚਾਰਾ ਘਰੇ, ਉਹ ਕੁਰਸੀ ਤਿਲਕ ਗਈ ਤਾਂ ਮੈਂ ਗਿਰਿਆ, ਮੇਰੇ ਕੁੜੀ ਛਿੱਲੇ ਗਏ ਇੱਥੇ। ਉਹਨਾਂ ਦੇ ਸਿਕਿਉਰਿਟੀ ਅਫਸਰ ਨੇ ਚੱਲ ਕੇ ਬੰਦਾ ਚਾਹੀਦਾ ਸੀ ਕਿ ਮੇਰਾ ਮੈਡੀਕਲ ਚੈੱਕਅਪ ਕਰਾਉਣ ਦੇ, ਵੀ ਭਾਈ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਐਡੀ ਦੂਰ ਇਸ ਜ਼ੋਰ ਨਾਲ ਗਿਰਨ 'ਤੇ, ਉਲਟਾ ਕਹਿੰਦਾ ਉਹਨੂੰ ਚੱਕ ਕੇ ਮੈਂ ਸੜਕ 'ਤੇ ਬਿਠਾ ਦੇਣਾ। ਮੈਂ ਕਿਹਾ ਜੀ ਫਿਰ ਹਿੰਮਤਾਂ ਤੋਂ ਬਿਠਾ। ਵਾਓ, ਸੋ ਇਹੋ ਜਿਹਾ ਹਾਲ ਹੈ। ਫਿਰ ਉਹਨਾਂ ਦੇ ਮੈਡੀ ਐਡੀਸ਼ਨਲ ਮੈਡੀਕਲ ਸਟੂਡੈਂਟ ਨੂੰ ਪਤਾ ਲੱਗ ਗਿਆ, ਇਹਦੇ ਬਾਵਜੂਦ ਉਹਨੇ ਕੁਛ ਨਹੀਂ ਕਰੀ ਕਰ। ਹੁਣ ਮੈਂ ਵਕੀਲ ਨੇ ਇੱਕ ਮੈਂ ਹਰਸ਼ਵਰਧਨ ਜੀ ਕੀ ਹੈ ਤੇ ਟਵਿੱਟਰ ਤੇ ਵੀ ਪਾਇਆ, ਹਾਂਜੀ ਹਾਂਜੀ, ਯੂਨੀਅਨ ਮਿਨਿਸਟਰ ਹੈਲਥ ਮਿਨਿਸਟਰ ਜੀ ਚੰਡੀਗੜ੍ਹ ਨੂੰ, SSP ਚੰਡੀਗੜ੍ਹ ਨੂੰ 11 ਸੈਕਟਰ ਤੇ ਪੁਲਿਸ ਸਟੇਸ਼ਨ ਪੁੱਛਿਆ ਵੀ ਇਹਨਾਂ ਤੇ ਕ੍ਰਿਮੀਨਲ ਕੇਸ ਦਰਜ ਕਰੋ, ਮੇਰਾ ਐਕਸੀਡੈਂਟ ਤੋਂ ਬਾਅਦ ਮੇਰਾ ਮੈਡੀਕਲ ਕਰਾਉਣਾ ਬਣਨਾ ਸੀ, ਟੈਟਸ ਡਾਕਟਰ ਕਰਾਉਣਾ ਬਣ, ਵਿਪੇਜ ਟੈਟਸ ਹੁੰਦਾ ਡਰ ਹੈ ਤੇ ਪੁਲਿਸ ਨੂੰ ਰਿਫਰ ਇਹਨਾਂ ਨੇ ਕਰਿਆ। ਮਰੀਜ਼ਾਂ ਦਾ ਇਹ ਹਾਲ ਹਾਲ ਆਪਣਾ ਮਰੀਜ਼ਾਂ ਨਾਲ ਹੈ। ਓ ਆਮ ਸੋ ਸੌਰੀ ਟੂ ਡਾਕਟਰ ਸਾਹਿਬ, ਸਾਰਾ ਕੁਝ ਸੁਣ ਕੇ ਦੁੱਖ ਲੱਗਾ ਸਾਰਾ ਕੁਛ, ਪਰ ਮੈਂ ਇਸ ਤੋਂ ਇਹਦੇ ਵਿੱਚੋਂ ਕੁਐਸਚਨ ਨਿਕਲਦਾ ਕਿ ਇਹ ਜਿਹੜੀ ਕੁਐਸਚਨ ਹੈ, ਇਹ ਜਿਹੜੀ ਸਿਚੁਏਸ਼ਨ ਹੈ, ਇਹ ਫੰਡਸ ਦੀ ਕਮੀ ਦਾ ਕਿ ਪੂਰ ਮੈਨੇਜਮੈਂਟ, ਇਹਨਾਂ ਦੋਨਾਂ ਚੋਂ ਕਿਹੜੀ ਚੀਜ਼ ਉੱਥੇ ਹੁੰਦੀ? ਮੈਨੇਜਮੈਂਟ ਪੂਰ ਹੈ ਜੀ, ਜਿਹੜੇ ਸੁਪਰਵਾਈਜ਼ਰੀ ਸਟਾਫ ਹੈ ਜੀ, ਡਿਊਟੀ ਹੈ ਉਸ ਨੂੰ ਮੇਨਟੇਨ ਕਰਨਾ, ਕਰਦੀ ਨਹੀਂ। ਇੰਜੀਨੀਅਰਿੰਗ ਵਿੰਗ ਨਹੀਂ ਕਰਦੀ, ਸਿਕਿਉਰਿਟੀ ਵਿੰਗ ਨਹੀਂ ਕਰਦੀ, ਨਰਸਿੰਗ ਦੇ ਜਿਹੜੇ ਸੁਪਰਡੈਂਟ ਵਗੈਰਾ ਡਿਪਟੀ ਸੁਪਰਡੈਂਟ ਸੁਪਰਵਾਈਜ਼ਰ ਉਹ ਨਹੀਂ ਕਰਦੇ, ਤੇ ਡਾਕਟਰ ਨਹੀਂ ਕਰਦੇ ਸੀਨੀਅਰ, ਕੰਸਲਟੈਂਟ ਆਉਂਦਾ ਗੇੜਾ ਲਾ ਕੇ ਚਲਾ ਜਾਂਦਾ, ਉਹ ਮਰੀਜ਼ਾਂ ਨੂੰ ਪੁੱਛਦਾ, ਬਾਕੀ ਵਿੱਚ ਵਿਚਾਰੇ ਦਾ ਮਲਾ ਕੁਛ ਨਹੀਂ ਕਰਦਾ। ਸੋ ਜਿਹੜਾ ਸਿਰਫ ਕੰਮ ਉੱਥੇ ਕਰਦਾ ਮਰੀਜ਼ ਮਾੜੀ ਮੋਟੀ ਤੋਂ ਤਸਲ ਦਿੰਦੀ ਸਿਰਫ ਕਲਾਸ ਫੋਰਾਂ ਕਰਕੇ, ਨਰਸਾਂ ਕਰਕੇ ਤੇ ਡਾਕਟਰ ਵਾਲੇ ਕਰਕੇ ਕਿ ਚਲੋ ਟਾਈਮ ਪੁੱਛਦੇ ਜਾਂਦਾ ਤੇ ਪੁੱਛਦਾ ਰਹਿੰਦਾ ਤੇ ਪਾਣੀ ਦਿੰਦਾ, ਗਰਮ ਪਾਣੀ ਦੇ ਦਿੰਦਾ ਚਾਹ ਬਣਾਉਣੀ ਹੈ ਤਾਂ, ਤੇ ਦੂਜੇ ਜਿਹੜੀਆਂ ਨਰਸਾਂ ਵਾਰ ਵਾਰ ਟੈਂਪਰੇਚਰ ਦੇਖਣਾ ਦੇਖਣਾ ਉਹ ਕਰਦੀਆਂ ਰਹਿੰਦੀਆਂ ਨੇ, ਕਲਾਸ ਫੋਰਾਂ ਕੇ ਤੁਸੀਂ ਕਰਕੇ ਹੁਣ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਕਹਿੰਦੇ ਭਾਈ ਆ ਮੇਰਾ ਜਾਂ ਇੱਧਰ ਨੂੰ ਕਰ ਦਿਓ, ਉਹ ਕਰ ਦਿੰਦੇ ਨੇ ਕੁਛ, ਕਦੇ ਤੁਹਾਨੂੰ ਨਾ ਨਹੀਂ ਕਰਦੇ, ਉਸ ਕਰਕੇ ਚੱਲ ਰਿਹਾ। ਬਾਕੀ ਤਾਂ ਸਾਰੇ ਲੜਾਈ ਕਰਦੇ ਨੇ ਜੀ ਜੀ ਜੀ। ਤੇ ਡਾਕਟਰ ਸਾਹਿਬ ਮੇਰਾ ਜਿਹੜਾ ਝਗੜਾ ਪਿਆ ਤਾਂ ਪਿਆ, ਇੱਕ ਦੱਸਾਂਗਾ ਵੀ ਉੱਥੇ 5 ਮਰੀਜ਼ ਹੋਰ ਜਿਹੜੇ ਸੀ ਉਹ ਬਿਲਕੁਲ ਗਰੀਬ ਸੀ, ਇੱਕ ਨੂੰ ਤੁਹਾਡਾ ਉਹ ਸੀਗਾ ਡਾਇਬਟੀਜ਼ ਸੀ, ਦੂਜੇ ਦਾ ਡਾਇਲਿਸਿਸ ਰੋਜ਼ ਹੁੰਦਾ ਸੀ, ਤੀਜੇ ਬੰਦੇ ਦੀ ਆਕਸੀਜਨ ਬਹੁਤ ਘੱਟ ਸੀ, ਇਸ ਤਰ੍ਹਾਂ ਦੇ ਮਰੀਜ਼ ਪਏ ਸੀਗੇ, ਇੱਕ ਥੋੜ੍ਹਾ ਮੈਂਟਲੀ ਵੀ ਰਿਟਾਰਡਡ ਸੀ, ਮੈਂਟਲੀ ਰਿਟਾਰਡਡ ਬੰਦਾ, ਉਹ ਵੀ ਕਰੋਨਾ ਵਾਰਡ ਦੇ ਵਿੱਚ, ਬੜਾ ਡਰਾਉਣਾ ਸਿਚੁਏਸ਼ਨ ਦੱਸ ਰਹੇ ਹੋ ਤੁਸੀਂ ਡਾਕਟਰ ਸਾਹਿਬ। ਸੋਚਣ ਵਾਲੀ ਗੱਲ ਇਹ ਬਣ ਜਾਂਦੀ ਹੈ ਕਿ PGI ਚੰਡੀਗੜ੍ਹ ਦਾ ਇਹ ਹਾਲ ਹੈ, ਅਤੇ ਜੇ ਮੈਂ ਗੱਲ ਕਰਾਂ ਦੂਰ ਦੁਰਾਡੇ ਸ਼ਹਿਰਾਂ ਦੀ ਤਾਂ ਫਿਰ ਗੱਲ ਕਿੱਥੇ ਜਾਂਦੀ ਹੈ? ਨਹੀਂ ਨਹੀਂ ਉਹ ਤਾਂ ਬਹੁਤ ਹੀ ਮਾੜਾ ਹਾਲ ਹੈ ਗੁਰੂਲਾਲ ਜੀ, ਤੁਸੀਂ ਸਹੀ ਕਿਹਾ। ਮੈਂ ਆਪਣੀ ਜ਼ਿੰਦਗੀ 'ਚ ਮੈਂ ਡਿਸਪੈਂਸਰੀ ਤੋਂ ਲੈ ਕੇ PGI ਤੱਕ, ਨੈਸ਼ਨਲ ਇੰਸਟੀਟਿਊਟ ਤੱਕ ਹਸਪੀਟਲ ਮੈਨੇਜ ਕਰਦਾ ਰਿਹਾ ਜੀ ਜੀ, ਮੈਂ ਸਾਰੀ ਜ਼ਿੰਦਗੀ 'ਚ ਇੰਨਾ ਮਾੜਾ ਹਾਲ ਨਹੀਂ ਦੇਖਿਆ। ਔਰ ਜੇ ਮੇਰੇ ਕੋਲ, ਜੇ ਮੈਂ SMO ਸੀ ਡਿਊਰਿੰਗ ਬਲੀਸ ਸਟਾਫ ਗੁਰਦਾਸਪੁਰ, ਮੈਨੂੰ ਇਹ ਸ਼ਿਕਾਇਤ ਮੈਂ ਜੇ ਵੀ ਮਰੀਜ਼ ਨੂੰ ਗਿਰਤਾ, ਮੁੜ ਕੇ ਉਹਨੂੰ ਉਹਦੀ ਸਾਰ ਨਹੀਂ ਲਈ, ਗਿਰਤਾ ਚਲੋ ਸਕਦਾ ਹੈ ਹਾਂਜੀ, ਸਾਰ ਨਹੀਂ ਲਈ ਮੁੜ ਕੇ, ਤੇ ਮੈਂ ਤਾਂ ਪੰਜਾਬੀ 'ਚ ਕਹਿਣਾ ਵੀ ਮੈਂ ਕਹਿਣਾ ਨਾ ਇਹ ਨਹੀਂ, ਇਹ ਮਰੀਜ਼ ਹੈ ਇਹਦਾ ਰਾਈਟ ਹੈ, ਸਾਨੂੰ ਤਨਖਾਹ ਮਿਲਦੀ ਹੈ, ਅਸੀਂ ਆਪਣੀ ਜੋ ਤਕਤਾਈ ਨਹੀਂ ਕਰ ਸਕਦੇ। ਹੁਣ ਜੇ ਤੁਹਾਨੂੰ ਕੋਈ ਤਕਲੀਫ ਹੈ, ਸਾਰੇ ਇੰਪਲਾਈ ਨੂੰ ਮੈਂ ਕਹਿੰਦਾ ਸੀ ਤਕਲੀਫਾਂ ਮੈਨੂੰ ਦੱਸੋ, ਸਮਾਨ ਨਹੀਂ ਮੈਨੂੰ ਦੱਸੋ, ਡਿਊਟੀ ਤੋਂ ਕੁੱਖੇ ਦਾ ਕੋਈ ਮਤਲਬ ਨਹੀਂ, ਡਿਊਟੀ ਮਰੀਜ਼ ਦਾ ਅਸੀਂ ਕੋਈ ਸਮਾਨ ਨਹੀਂ ਕਰ ਰਹੇ, ਮਰੀਜ਼ ਦਾ ਰਾਈਟ ਹੈ, ਅਸੀਂ ਉਹਦਾ ਰਾਈਟ ਦੇਣਾ ਹੈ, ਸਾਡੀ ਡਿਊਟੀ ਅਸੀਂ ਉੱਤੇ ਲਿਖਿਆ ਤਨਖਾਹ ਦਿੱਤੀ, ਉਹ ਮਰੀਜ਼ ਤੋਂ ਪਤਾ ਨਹੀਂ ਕਿਹੜੀ ਹਾਲਤ 'ਚ ਹੋਊਗਾ, ਅਮੀਰ ਤਾਂ ਥੋੜ੍ਹੀ ਆਉਂਦੇ ਨੇ ਨਾ ਸਰਕਾਰੀ ਹਸਪਤਾਲ 'ਚ, ਗਰੀਬ ਤੋਂ ਮਿਲ ਜਾਂਦਾ, ਅਤੇ ਉਹਦਾ ਰਾਈਟ ਅਸੀਂ ਨਹੀਂ ਦਿੰਦੇ, ਇਹ ਤਾਂ ਫਿਰ ਬੇਈਮਾਨੀ ਹੋ ਜਾਣਾ ਜੀ ਜੀ। ਡਾਕਟਰ ਸਾਹਿਬ ਮੈਂ ਨਾ ਇੱਕ ਆਪਾਂ ਬ੍ਰੇਕ ਲੈਂਦੇ 2-3 ਮਿੰਟਾਂ ਤਾਈਂ, ਇਹ 2-3 ਮਿੰਟਾਂ ਦੇ ਜੋ ਹੋ ਗਿਆ ਉੱਥੇ ਆਪਾਂ ਬਾਅਦ 'ਚ ਗੱਲ ਕਰਾਂਗੇ, ਰੂਟਕਾਸ 'ਤੇ ਬਾਅਦ ਜਾਂਦੇ ਹਾਂ। ਜਿਹੜੀ ਹਾਲਾਤ ਬਣੇ ਹੋਏ ਆ ਇੰਡੀਆ ਦੇ ਵਿੱਚ, ਜਿਹੜੇ ਹਾਲਾਤ ਬਣੇ ਹੋਏ ਆ ਇਸ ਟਾਈਮ ਆਕਸੀਜਨ ਦੀ ਕਮੀ ਦੇ, ਹਾਂਜੀ, ਉਹਦਾ ਹੁਣ ਇੱਕੋਦਮ ਇਲਾਜ ਕੀ ਹੈ, ਉਸ ਚੀਜ਼ ਨੂੰ ਕਿੱਦਾਂ ਰਿਕਵਰ ਕਿੱਦਾਂ ਕਰਨਾ, ਉਸ ਜਿਹੜਾ ਘਾਟਾ ਪੈ ਗਿਆ ਐਟ ਦਿਸ ਮੋਮੈਂਟ ਦੱਸੋ ਤੁਸੀਂ ਵੀ, ਆਪਣੇ ਕੋਲ 2-3 ਮਿੰਟ ਹੈਗੇ ਆ, ਉਸ ਤੋਂ ਬਾਅਦ ਬ੍ਰੇਕ ਲੈਂਦੇ ਹਾਂ। ਦੇਖੋ, ਹਾਂ ਮੈਂ 2-3 ਮਿੰਟ 'ਚ ਦੱਸਦਾ। ਦੇਖੋ, ਪਹਿਲੀ ਗੱਲ ਇਹ ਹੈ ਵੀ ਇਸ ਵਕਤ ਆਕਸੀਜਨ ਦੀ ਸਪਲਾਈ ਨੂੰ ਰੈਗੂਲੇਟ ਕਰਨ ਦੀ ਲੋੜ ਹੈ, ਉਹਦੀ ਟਰਾਂਸਪੋਰਟ ਨੂੰ ਤੇਜ਼ ਕਰਨ ਦੀ ਲੋੜ ਹੈ। ਇੰਡੀਅਨ ਆਕਸੀਜਨ ਜਿਵੇਂ ਸਪਲਾਈ ਕਰਦੀ ਹੈ, ਉਹਦੇ ਕੋਲ ਤਕਰੀਬਨ 11-1200 ਸਿਲੰਡਰ ਹੈਗਾ, ਉਹਦੇ ਕੋਲ 700-800 ਟਰੱਕ ਹੈਗਾ,
ਕ੍ਰਾਇਓਜੈਨਿਕ ਤਾਂ ਕਹਿੰਦੇ ਆ ਅਸੀਂ ਠੰਡੀ ਕਰਕੇ ਨਾ ਲਿਕੁਇਡ ਜਿਵੇਂ ਆਪਾਂ ਐਲਪੀਜੀ ਨਹੀਂ ਕਹਿੰਦੇ ਰਾਈਟ ਰਾਈਟ ਲਿਕੁਇਡ ਆਕਸੀਜਨ ਜੀ ਗੈਸ ਨਹੀਂ ਹੁੰਦੀ ਲਿਕੁਇਡ ਹੁੰਦਾ ਲਿਕੁਇਡ ਰੂਪ ਚ ਆਕਸੀਜਨ ਟ੍ਰਾਂਸਪੋਰਟ ਹੁੰਦੀ ਹੈ ਇਹ ਟ੍ਰਾਂਸਪੋਰਟ ਸੀਮਲੈਸ ਜਿਹਨੂੰ ਕਹਿੰਦਾ ਵੀ ਰਸਤੇ ਦੇ ਵਿੱਚ ਜਾ ਰਹੇ ਜਿਵੇਂ ਐਂਬੂਲੈਂਸ ਜਾ ਰਹੀ ਹੈ ਬ੍ਰੇਕ ਤੇ ਸਾਇਰਨ ਲਾ ਦੇਣ ਵੀ ਇੱਕ ਰੁਕਣ ਨਾ ਦਿੱਤਾ ਜਾਵੇ ਅੱਗੇ ਨਿਕਾਲ ਦਿੱਤਾ ਜਾਵੇ ਜੀ ਜਿਹੜੇ ਟਰਨਰ ਦੇ ਸਾਇਰਨ ਲਾ ਜਾ ਸਕਦੇ ਨੇ ਤਾਂ ਕੋਈ ਟ੍ਰੈਫਿਕ ਨਾ ਫਸੇ ਜਿੱਥੇ ਇੱਕ ਇਹ ਜਿਹਾ ਅਲਟਰਨੇਟਿਵ ਦਿੱਤਾ ਜਾਵੇ ਵੀ ਜੇ ਕਿਤੇ ਟ੍ਰੈਫਿਕ ਜਾਮ ਹੁੰਦਾ ਉਹਨੂੰ ਕੱਢਣਾ ਕਿਤੇ ਤੋ ਉਹਦੇ ਨਾਲ ਰੈਗੂਲੇਟ ਕਰਕੇ ਡਿਸਟ੍ਰਿਕਸ਼ਨ ਲੋੜ ਅਨੁਸਾਰ ਕਰੀ ਜਾਵੇ ਹੁਣ ਕੀ ਹੈ ਕੁਛ ਲੋਕ ਤਾਂ ਜਿਵੇਂ ਹੁੰਦਾ ਨਾ ਜ਼ਿਆਦਾ ਹਫਤਾ ਦਫੜੀ ਕਹਿੰਦੇ ਵੀ ਜ਼ਿਆਦਾ ਜਮ੍ਹਾਂ ਕਰ ਲਓ ਜੀ ਕੁਛ ਲੋਕਾਂ ਨੂੰ ਬਿਲਕੁਲ ਹੀ ਨਹੀਂ ਮਿਲਦੀ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਉੱਧਰ ਟੋਟਾ ਗੰਗਾਨਗਰ ਵਾਲੇ ਪਾਸੇ ਉੱਧਰਲੇ ਪਾਸੇ ਸਾਡੀਆਂ ਸਰਹੰਦ ਕਨਾਲ ਜਾਂਦੀ ਹੈ ਨਾ ਹੋਰ ਵੱਲ ਰਾਈਟ ਉਹਦਾ ਤੇਲ ਵਾਲੇ ਪਾਸੇ ਪਾਣੀ ਪਹੁੰਚਦਾ ਹੀ ਨਹੀਂ ਜੀ 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 ਸੋ ਇਹ ਨਾ ਜੀ 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 ਸੋ ਇਕੁਅਲ ਡਿਸਟ੍ਰੀਬਿਊਸ਼ਨ ਜ਼ਰੂਰੀ ਹੈ ਜੀ ਜਿਹੜਾ ਆਰੋਪ ਤੇ ਪ੍ਰਤੀਆਰੋਪ ਲੱਗਦੇ ਰਹਿੰਦੇ ਆ ਉੱਤੇ ਆਪਾਂ ਆਉਂਦੇ ਹਾਂ ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ ਛੋਟਾ ਜਿਹਾ ਕੁਐਸਚਨ ਹੈ ਮੈਨੂੰ ਉਸ ਤੋਂ ਬਾਅਦ ਜਦੋਂ ਤੁਸੀਂ ਪੀਜੀਆਈ ਤੋਂ ਰਿਲੀਜ਼ ਹੋ ਗਏ ਤੁਸੀਂ ਝਾਤ ਮਾਰੀ ਹੈ ਬਾਕੀ ਦੇ ਹਸਪੀਟਲਾਂ ਚੰਡੀਗੜ੍ਹ ਦੇ ਵਿੱਚ ਕੀ ਹਾਲਾਤ ਕਿਸ ਤਰ੍ਹਾਂ ਦੇ ਨੇ ਕੁਛ ਬੈਟਰ ਨੇ ਜਾਂ ਉਸ ਤੋਂ ਬਾਅਦ ਬੈਟਰ ਹੋਏ ਨੇ ਜਦੋਂ ਤੁਸੀਂ ਟਵਿੱਟਰ ਤੇ ਯੂਨੀਅਨ ਮਿਨਿਸਟਰ ਨੂੰ ਜਦੋਂ ਤੁਸੀਂ ਟਵਿੱਟਰ ਤੇ ਇਹਦਾ ਸੁਨੇਹਾ ਦਿੱਤਾ ਤਾਂ ਦੇਖੋ ਜੀ ਮੇਰਾ ਮੈਂ 2 ਦਿਨ ਪਹਿਲਾਂ ਇੱਥੇ ਬੱਤੀ 'ਚ ਗਿਆ ਸੀ ਟੈਸਟ ਕਰਾਏ ਸੀ ਕਿਉਂਕਿ ਮੈਂ ਤਾਂ ਸਾਰੇ ਟੈਸਟ ਸਿਟੀ 32 'ਚੋਂ ਕਰਾਇਆ ਸੀ ਬੱਤੀ ਦਾ ਹਸਪਤਾਲ ਠੀਕ ਚੱਲਦਾ ਸੀ ਅਤੇ ਮੈਨੂੰ ਆਖਿਆ ਵੀ ਕਿਹਾ ਵੀ ਇੱਥੇ ਦਾਖਲ ਹੋ ਜਾਓ ਮੈਂ ਆਖਿਆ ਯਾਰ ਨਹੀਂ ਆਕਸੀਜਨ ਕੋਈ ICU ਦੀ ਲੋੜ ਪਈ ਉਮਰ ਦੇ ਹਿਸਾਬ ਨਾਲ ਮੈਂ PGU ਜਾਣਾ ਇਹ ਮੇਰੀ ਚੋਇਸ ਕਰ ਇਸੇ ਤਰ੍ਹਾਂ ਹੀ ਇੱਥੇ ਇੱਕ 48-52 ਸੈਕਟਰ 'ਚ ਬਣਿਆ ਹੋਇਆ ਉੱਥੇ ਕੋਵਿਡ ਦੇ ਟੀਕੇ ਲੱਗ ਰਿਹਾ ਆਲਰੇਡੀ ਪਹਿਲਾਂ ਹੀ 22 ਸੈਕਟਰ ਪੌਲੀ ਕਲੀਨਿਕ ਆ ਉਹ ਵੀ ਪਹਿਲਾਂ ਹੀ ਕੰਮ ਕਰਦਾ ਜਿਹੜੇ ਇਹ ਹਸਪਤਾਲ ਨੇ 16 ਵਾਲਾ ਵੀ ਕਾਫੀ ਚੰਗਾ ਕਰਦਾ ਹੈ PGI ਦੇ ਵਿੱਚ ਸਮਹਾਉ PGI ਬਹੁਤ ਹੀ ਵਧੀਆ ਕੰਮ ਕਰਦੀ ਸੀ ਸਮਹਾਉ ਹੁਣ ਪਿਛਲੇ ਸਮੇਂ ਦੇ ਵਿੱਚ ਰਿਸਪੋਂਸਿਬਿਲਿਟੀ ਖਤਮ ਹੋ ਗਈ ਇਹ ਜਿਹੜਾ ਸੁਧਾਰ ਹੈ ਮੈਂ ਕਹਿੰਦਾ ਚਿੱਠੀ ਲਿਖਦੀ ਨਾ ਉਹ ਮੈਨੂੰ ਇਹ ਜਵਾਬ ਦੇ ਦਿੱਤੇ ਕਿ ਜੀ ਠੀਕ ਹੈ ਤੁਸੀਂ ਕਾਫੀਆਂ ਪੇਸ਼ੀਆਂ ਦੱਸੀਆਂ ਨੇ ਜੋ ਤੁਹਾਡੇ ਨਾਲ ਹੋਇਆ ਉਹ ਤਾਂ ਹੁਣ ਅਸੀਂ ਵਾਪਸ ਨਹੀਂ ਲੈ ਸਕਦੇ ਪਰ ਅਸੀਂ ਅੱਗੇ ਨੂੰ ਦੂਰ ਕਰ ਰਹੇ ਹਾਂ ਆਈ ਵੀ ਹੈਵ ਸੈਟੀਸਫਾਈਡ ਵੀ ਅੱਗੇ ਨੂੰ ਅਸੀਂ ਸੁਧਾਰ ਕਰ ਰਹੇ ਹਾਂ ਚੀਜ਼ਾਂ ਦੂਰ ਹੋ ਜਾਣਗੀਆਂ ਇੰਨੀ ਵੀ ਮੈਨੂੰ ਚਿੱਠੀ ਨਹੀਂ ਆਈ ਤੁਸੀਂ ਇੰਨੀਆਂ ਚਿੱਠੀਆਂ ਲਿਖ ਦਿਓ ਰਾਈਟ ਟੂ ਇਨਫੋਰਮੇਸ਼ਨ ਲਿਖ ਦਿਓ ਆਰਟੀਆਈ ਚ ਜੀ 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 ਕੋਈ ਕਹਿੰਦੇ ਇਹ ਚਿੱਠੀ ਦਾ ਲਿਖ ਦਿਓ ਨੋਟਿਸ ਦਿੰਦੇ ਹੋ ਤੁਸੀਂ ਕਹੋ ਜੀ ਜੋ ਹੋ ਗਿਆ ਹੋ ਗਿਆ ਉੱਤੇ ਪਲੀਜ਼ ਪਾਓ ਮਿੱਟੀ ਕਿ ਅਸੀਂ ਪਹਿਲਾਂ ਹੀ ਬਹੁਤ ਸੰਕਟ ਦੇ ਵਿੱਚ ਆ ਬਹੁਤ ਔਖੇ ਹੋ ਕੇ ਕੰਮ ਕਰ ਰਹੇ ਹਾਂ ਅੱਗੇ ਤੋਂ ਅਸੀਂ ਜਿਹੜੀਆਂ ਛੋਟੀ ਛੋਟੀਆਂ ਕਮੀਆਂ ਤੁਸੀਂ ਪੇਸ਼ ਕਰੀਆਂ ਨੇ ਜਾਂ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਚਲੋ ਐਨੀਵੇ ਡਾਕਟਰ ਸਾਹਿਬ ਬਹੁਤ ਸੋਹਣਾ ਤੁਸੀਂ ਹਾਂਜੀ ਜਵਾਬ ਤਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਅਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਜੁੜਦੇ ਦਰਸ਼ਕ ਹੋਏ ਨੇ ਡਾਕਟਰ ਪਿਆਰੇ ਲਾਲ ਗਰਗ ਆਪਣੇ ਨਾਲ ਚੰਡੀਗੜ੍ਹ ਤੋਂ ਜੁੜੇ ਹੋਏ ਨੇ ਅਤੇ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਲਈ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੋਂ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਹੈ ਤੁਹਾਡਾ ਗੁਰਲਾਲ ਹਾਜ਼ਰ ਉਹਨਾਂ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਪਿਆਰੇ ਲਾਲ ਗਰਗ ਚੰਡੀਗੜ੍ਹ ਤੋਂ ਡਾਕਟਰ ਸਾਹਿਬ ਸਵਾਗਤ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਫੇਰ ਡਾਕਟਰ ਸਾਹਿਬ ਜੀ ਹੁਣ ਜੋ ਹੈਗਾ ਠੀਕ ਹੈ ਪਰ ਹੁਣ ਮੈਂ ਤੁਹਾਡੇ ਤੋਂ ਕੁਐਸਚਨ ਇਹ ਪੁੱਛਦਾ ਕਰੋਨਾ ਇੰਨਾ ਬੁਰਾ ਹਾਲ ਹੈ ਇਸ ਟਾਈਮ ਕਿ ਅੱਜ ਅਮੈਰੀਕਾ ਨੇ ਵੀ ਪਾਬੰਦੀ ਲਾਤੀ ਹੈ ਆਪਦੇ ਸਿਟੀਜ਼ਨਸ 'ਤੇ ਉੱਥੇ ਜਾਣ ਨੂੰ ਕੈਨੇਡਾ ਨੇ ਕੱਲ੍ਹ ਲਾਤੀ ਸੀ ਹੋਰ ਕਈ ਕੰਟਰੀ ਹੈ ਨਿਊਜ਼ੀਲੈਂਡ ਨੇ ਤਾਂ ਇਹ ਵੀ ਕਿਹਾ ਵੀ ਜਿਹੜੇ ਸਾਡੇ ਉੱਥੇ ਸਿਟੀਜ਼ਨ ਰਹਿ ਗਏ ਉੱਥੇ ਹੀ ਰਹੋ ਹਾਲੇ ਜਾਣ ਆਉਣ ਦੀ ਬਾਤ ਆਪਾਂ ਉਹ 'ਚ ਕੋਈ ਮਾੜਾ ਚੰਗਾ ਨਹੀਂ ਕਹਿ ਰਹੇ ਕਿਸੇ ਦੇਸ਼ ਨੂੰ ਜਾਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਗੱਲ ਇਹ ਹੈ ਕਿ ਮੇਰਾ ਕੁਐਸਚਨ ਡਾਕਟਰ ਸਾਹਿਬ ਇਹ ਹੈ ਕਿ ਪਿਛਲੇ ਸਾਲ ਫਰਵਰੀ ਮਾਰਚ 'ਚ ਲੋਕਡਾਊਨ ਲੱਗਿਆ ਸੀ ਔਰ ਮੈਂ ਵੀ ਸਟੱਕ ਰਹਿ ਗਿਆ ਸੀ ਇੰਡੀਆ 'ਚ ਉਦੋਂ ਬੜੇ ਇੰਤਜ਼ਾਮ ਸੀ ਪਰ ਉਸ ਤੋਂ ਬਾਅਦ ਅਵੇਸਲੇ ਗੌਰਮੈਂਟ ਦਾ ਇਹ ਫਰਜ਼ ਸੀਗਾ ਕਿ ਜੇ ਇਹ ਔਰ ਮੈਂ ਇਕੱਲੀ ਸੈਂਟਰਲ ਗੌਰਮੈਂਟ ਨਹੀਂ ਕਹਿ ਰਿਹਾ ਪੂਰੀ ਸਟੇਟ ਦੀ ਗੌਰਮੈਂਟਸ ਨੂੰ ਵੀ ਨਾਲ ਹੀ ਕਹਿ ਰਿਹਾ ਕਿ ਜਿੰਨੇ ਗੌਰਮੈਂਟਸ ਜਿਹੜੀਆਂ ਮਾਈ ਬਾਪ ਹੁੰਦੀਆਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਅਸੀਂ ਇਲੈਕਸ਼ਨ ਬਾਅਦ 'ਚ ਲੜ ਲਾਂਗੇ ਕਿਸੇ ਵੀ ਸਟੇਟ ਦੇ ਅਸੀਂ ਕੋਈ ਕਾਨੂੰਨ ਨਵੇਂ ਬਣਾਉਣੇ ਉਹ ਬਾਅਦ 'ਚ ਬਣਾ ਲਾਂਗੇ ਪਰ ਆਹ ਜਿਹੜੀ ਮਹਾਂਮਾਰੀ ਆਈ ਆ ਇੱਕ ਵਾਰ ਕੰਟਰੋਲ ਹੋ ਗਈ ਦੂਜਾ ਜੇ ਫੇਜ਼ ਆਇਆ ਤਾਂ ਬੜਾ ਘਾਤਕ ਸਿੱਧ ਹੋਊਗਾ ਅਸੀਂ ਇਹਦੇ ਲਈ ਪ੍ਰਿਕਾਸ਼ਨ ਅਤੇ ਇਹਦੇ ਲਈ ਦਵਾਈ ਅਤੇ ਇਹਦੇ ਲਈ ਪੂਰਾ ਤਿਆਰ ਰਹਿਣਾ ਤਾਂ ਕਿ ਸਾਨੂੰ ਉਸ ਸਿਚੁਏਸ਼ਨ 'ਚ ਦੁਬਾਰਾ ਨਾ ਜਾਣਾ ਪਵੇ ਜੋ ਸਾਡੇ ਨਾਲ ਬੀਤ ਚੁੱਕੀ ਹੈ ਕਿ ਮਜ਼ਦੂਰ ਵਿਚਾਰੇ ਅੱਡੇ ਸਟੇਸ਼ਨਾਂ 'ਤੇ ਬੈਠੇ ਹੋਏ ਆ ਦੂਰ ਦੁਰਾਡੇ 'ਤੇ ਔਰ ਰੋਟੀ ਤੋਂ ਵੀ ਔਖੇ ਆ ਇਲਾਜ ਤਾਂ ਬਹੁਤ ਦੂਰ ਦੀ ਗੱਲ ਹੈ ਅਤੇ ਪਰ ਉੱਥੇ ਕਿਤੇ ਨਾ ਕਿਤੇ ਸਟੇਟ ਜਾਂ ਸੈਂਟਰਲ ਗੌਰਮੈਂਟ ਦਾ ਫੇਲੀਅਰਸ ਨਹੀਂ ਰਿਹਾ ਕਿ ਸਾਨੂੰ ਉਸ ਚੀਜ਼ ਦੀ ਤਿਆਰੀ ਕਰਨੀ ਚਾਹੀਦੀ ਸੀ ਪਰ ਅਸੀਂ ਨਹੀਂ ਕੀਤੀ ਗੁਰਵਾਲ ਜੀ ਬਿਲਕੁਲ ਤੁਸੀਂ ਐਨ ਸਹੀ ਪਿਕਚਰ ਪੇਜ ਕਰੀ ਹੈ ਅੱਜ 3 ਲੱਖ ਤਕਰੀਬਨ 4-5 ਹਜ਼ਾਰ ਕੇਸ ਆ ਰਿਹਾ ਜਿਹੜਾ ਕਿ ਬਾਕੀ ਜਿਹੜੇ ਜਿੱਥੇ 50,000 ਤੋਂ 6 ਗੁਣਾ 50,000 ਦੇ ਲੱਖ ਆ ਰਿਹਾ
ਇਹਦੇ ਵਿੱਚ ਸਾਡਾ ਕੀ ਸੀ, ਜਿੱਦੇ ਅਸੀਂ 23 ਮਾਰਚ ਨੂੰ ਲੋਕਡਾਊਨ ਲਾਇਆ ਸੀ ਪਹਿਲੇ ਫੇਜ਼ ਵੇਲੇ 2020 ਨੂੰ ਕਿਹਾ ਸੀ 25 ਤੋਂ ਲੋਕਡਾਊਨ ਹੋਵੇਗਾ, ਉਦੋਂ ਅਸੀਂ ਇਹ ਕਿਹਾ ਵੀ ਸੀ ਲੋਕਾਂ ਨੂੰ ਕਿ ਅਸੀਂ ਇਹ ਲੋਕਡਾਊਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਸਟੇਟਾਂ ਦੇ ਰਾਜ ਕਰਦੀਆਂ ਨੇ ਚਾਹੇ ਕੇਂਦਰ 'ਚ ਰਾਜ ਕਰਦੀਆਂ, ਕਿ ਜੀ ਇਹ ਲੋਕਡਾਊਨ ਦੋ ਕੰਮਾਂ ਵਾਸਤੇ ਹੈ, ਇੱਕ ਅਸੀਂ ਆਪਦੀ ਤਿਆਰੀ ਕਰਨੀ ਹੈ ਇੱਕ ਵਕਤ ਤੇ ਬਿਮਾਰੀ ਆ ਜਾਂ ਮਹਾਂਮਾਰੀ, ਅਤੇ ਦੂਜੀ ਉਹਦੇ ਪ੍ਰਬੰਧ ਕਰਨੇ ਨੇ ਕਿ ਰਾਜ ਦੇ ਡਾਇਗਨੋਸਿਸ ਦੇ, ਅਤੇ ਦੂਜਾ ਅਸੀਂ ਇਹਦੇ ਵਿੱਚ ਜਿਹੜੇ ਜਿਹੜੇ ਬਿਮਾਰ ਸਮਾਜ 'ਚ ਵੜ ਚੁੱਕੇ ਨੇ ਉਹਨਾਂ ਨੂੰ ਉੱਥੇ ਹੀ ਜਾਮ ਕਰਕੇ ਫਿਰ ਉਹਨਾਂ ਦੀ ਕੰਟੈਕਟ ਟ੍ਰੇਸਿੰਗ ਕਰਾਂਗੇ ਅਤੇ ਟੈਸਟਿੰਗ ਕਰਾਂਗੇ ਅਤੇ ਫਿਰ ਉਹਨਾਂ ਦਾ ਇਲਾਜ। ਇਹ ਦੋਨੇ ਕੰਮ, ਨਾ ਕੰਟੈਕਟ ਟ੍ਰੇਸਿੰਗ ਕਰੀ। ਭਾਰਤ ਕੋਲ ਸਭ ਤੋਂ ਜ਼ਿਆਦਾ ਤਕੜੀ ਮਸ਼ੀਨਰੀ ਹੈ ਮੈਨ ਪਾਵਰ ਸਰਕਾਰੀ ਸਿਸਟਮ 'ਚ ਜਿਹੜੀ ਕੰਟੈਕਟ ਟ੍ਰੇਸਿੰਗ ਕਰ ਸਕਦੀ ਸੀ। ਸਾਡੇ ਕੋਲ ਹਰ 4 ਬੰਦੇ ਪਿੱਛੇ, 200 ਪਰਿਵਾਰਾਂ ਪਿੱਛੇ ਇੱਕ ਵਰਕਰ ਹੈ। 200 ਪਰਿਵਾਰਾਂ ਨੂੰ ਜਾ ਕੇ ਪੁੱਛਣਾ ਵੀ ਭਾਈ ਤੁਹਾਡੇ ਕੋਰੋਨਾ ਆਇਆ ਤਾਂ, ਕੋਈ ਜ਼ੁਕਾਮ ਨਜ਼ਰਾ ਜ਼ੁਕਾਮ ਗਲਾ ਖਰਾਬ ਤਾਂ ਨਹੀਂ, ਜਿਹੜਾ ਬਿਮਾਰ ਹੋਇਆ ਉਹਦੇ ਨੇੜੇ ਤਾਂ ਨਹੀਂ ਗਏ, ਬਾਹਰੋਂ ਆ ਜੀ ਸੀਗੇ ਵੀ ਕੋਈ ਬਾਹਰ ਤਾਂ ਨਹੀਂ ਆਇਆ, ਸ਼ੰਕਾ ਵੀ ਉੱਥੋਂ ਇਹ ਟ੍ਰੇਸ ਕਰਨਾ ਕੀ ਔਖਾ ਸੀ। 200 ਘਰਾਂ 10 ਦਿਨਾਂ 'ਚ ਕਰ ਲੈਂਦੀ, 15 ਦਿਨ ਕਰ ਲੈਂਦੀ, ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਅਸੀਂ ਉਹ ਕਰਿਆ ਨਹੀਂ। ਸਾਡੇ ਕੋਲ ਮੈਨ ਪਾਵਰ ਪੈਸੇ ਦੀ ਵੀ ਲੋੜ ਨਹੀਂ ਸੀ, ਉਹਨੂੰ ਥੋੜ੍ਹਾ ਜਿਹਾ ਦਿੱਤਾ। ਇਸ ਤੋਂ ਅਗਲੀ ਗੱਲ, ਇਸ ਤੋਂ ਅਗਲੀ ਗੱਲ ਸੀ ਇਹ ਵੀ ਅਸੀਂ ਟੈਸਟ ਟਰੇਸ ਕਰਕੇ ਅਸੀਂ ਇਹਨਾਂ ਨੂੰ ਕੁਆਰੰਟਾਈਨ ਕਰਨਾ ਸੀ, ਜਿਹਨੂੰ ਆਈਸੋਲੇਸ਼ਨ ਕਰਨੀ ਸੀ। ਸਾਡੇ ਮੈਨੂੰ ਐਂ ਲੱਗਦਾ ਜੇ ਮੈਂ ਡਾਕਟਰ ਦੇ ਤੌਰ 'ਤੇ ਗੱਲ ਨਾ ਸੁਣਦਾ, ਜਾਂ ਮੈਂ ਡਾਕਟਰ ਦੇ ਤੌਰ 'ਤੇ ਆਪਦੇ ਦੂਜੇ ਡਾਕਟਰ ਜਿਹੜਾ ਹੋਰ ਮਹਿਕਮੇ ਦਾ ਠੀਕ ਨਹੀਂ ਹੋਏਗਾ। ਅੱਜ ਜੇ ਤੁਸੀਂ ਆਪਦੀ ਟੀਮ ਦੀ ਪਿੱਛੋਂ ਗੱਲ ਨਹੀਂ ਸੁਣੋਗੇ, ਜੋ ਕਹਿੰਦੇ ਆਵਾਜ਼ ਨਹੀਂ ਆ ਰਹੀ, ਤੁਸੀਂ ਐਂ ਬੈਠੋ, ਤੁਸੀਂ ਕਹੋ ਨਹੀਂ ਮੈਂ ਪ੍ਰੋਗਰਾਮ ਦਾ ਇੱਕਦਮ ਤਾਂ ਹੀ ਬੈਠਾ, ਅਤੇ ਗੜਬੜ ਹੋ ਗੜਬੜ ਹੋ ਜੂ ਜੀ। ਜਿੱਦਾਂ ਮਰਜ਼ੀ ਖੇਤਧਾਰੀ ਹੋਵੇ, ਟੀਮ ਵਰਕ ਹੁੰਦਾ, ਅਸੀਂ ਟੀਮ ਬਣਾਈ ਹੋਈ ਨਹੀਂ। ਨਾ ਅਸੀਂ ਸਟੇਟ ਲੈਵਲ 'ਤੇ ਕਿਤੇ ਟੀਮ ਬਣਾਈ ਹੈ, ਨਾ ਅਸੀਂ ਕੇਂਦਰ ਲੈਵਲ 'ਤੇ ਬਣਾਈ ਹੈ, ਅਸੀਂ ਪੁਲਿਸ ਦੇ ਰਾਹੀਂ ਪ੍ਰਬੰਧ ਅਤੇ ਡੰਡਾ ਫੇਰੋ ਜਿਹੜਾ ਵਾਪਸ ਨਹੀਂ ਬਣ, ਨੂੰ ਘਰਾਂ 'ਚ ਬੰਦ ਕਰ ਦਿਓ, ਟੱਟੀ ਪਿਸ਼ਾਬ ਕਰ ਦਿਓ, ਇਹ ਤਾਂ ਅਸੀਂ ਜ਼ਿਆਦਾ ਹੋ। ਪਰ ਦੁਨੀਆ ਦੇ ਮਜੋਰਟੀ ਮੁਲਕ ਨੇ ਜਿਨ੍ਹਾਂ ਨੇ ਇਹੋ ਜਿਹੇ ਹੁਕਮ ਨਹੀਂ ਕਰੇ, ਤੁਸੀਂ ਇੰਡੀਆ 'ਚ ਫਸ ਗਏ ਸੀ, ਮੈਂ ਉਹਨਾਂ ਦੇ ਨਾਲ ਕੀ ਕੈਲੀਫੋਰਨੀਆ ਸਟੇਟ ਦੇ ਫਰੈਸਨੋ ਸ਼ਹਿਰ 'ਚ ਫਸਿਆ ਹੋਇਆ ਜੀ, ਇੱਥੇ ਮੈਂ ਚਿਰ ਦਿਨ ਆਇਆ ਸੀ, ਮੈਂ ਤਾਂ ਇੱਥੇ ਅਮਰੀਕਾ 'ਚ ਨਹੀਂ ਦੇਖਿਆ ਸੀ ਵੀ ਮਾਲ ਨਹੀਂ ਖੁੱਲ੍ਹੇ, ਤੁਸੀਂ ਜਾ ਕੇ ਸਮਾਨ ਨਹੀਂ ਲੈ ਸਕਦੇ, ਹੋਟਲ 'ਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਜੀ ਜੀ, ਮੇਰਾ ਬੰਦ ਸੀ ਪਰ ਜਾ ਸਕਦੇ ਸੀ, ਕਾਰ ਨਹੀਂ ਲਿਜਾ ਸਕਦੀ ਜੀ, ਜਹਾਜ਼ ਨਾਲ ਗੱਡੀਆਂ ਇੰਟਰਨਲ ਜਿਹੜੀਆਂ ਬੱਸਾਂ ਉਹ ਚੱਲਦੀਆਂ ਸੀ ਆਮ, ਤੋ ਬੰਦ ਸੀਗੇ। ਤੋ ਜਿਹੜਾ ਲੋਕਡਾਊਨ ਵੀ ਹੈ ਅਸੀਂ ਬੜਾ ਸਖ਼ਤ ਕਰਿਆ, ਅਸੀਂ ਦੋਨੇ ਪਾਸੇ ਤਿਆਰੀ ਨਹੀਂ ਕਰੀ, ਨਾ ਤੁਹਾਡੇ ਆਇਆ, ਨਾ ਅਸੀਂ ਆਪਣੀ ਟੀਮ ਬਣਾਈ ਜਿਹਦੇ ਵਿੱਚ ਹੈਲਥ ਵਾਲੇ, ਜਿਹਦੇ ਵਿੱਚ ਇੰਜੀਨੀਅਰ, ਜਿਹਦੇ ਵਿੱਚ ਜਿਵੇਂ ਆਕਸੀਜਨ ਸਪਲਾਈ ਆ, ਇਕਿਪਮੈਂਟ ਸਪਲਾਈ, ਅਸੀਂ ਕਹਿੰਦੇ ਹਾਂ ਐਕਸਲਰੀ ਦੀ ਸਪਲਾਈ, ਐਕਸਲਰੀ ਜੀ 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 ਜੀ, ਨਾ ਤਾਂ ਅਸੀਂ ਉਹ ਸਪਲਾਈ ਵਾਲੇ ਤਿਆਰ ਕਰੇ ਵੀ ਭਾਈ ਕੌਣ ਕੌਣ ਤਿਆਰ ਕਰਦਾ ਆਕਸੀਜਨ ਫਸਟ, ਕੌਣ ਤਿਆਰ ਕਰਦਾ ਆਕਸੀਜਨ ਕੌਣ ਤਿਆਰ ਕਰਦਾ, ਉਹਦੇ 'ਚ ਕੀ ਕਮੀ ਹੈ, ਸਿਲੰਡਰ ਕੌਣ ਤਿਆਰ ਕਰਦਾ, ਢੋਲ ਲਈ ਕੌਣ ਕਰ ਸਕਦਾ, ਅਸੀਂ ਉਹ ਨਹੀਂ ਕਰੀ। ਨਾ ਅਸੀਂ ਕਰਿਆ ਇਹ ਦਵਾਈਆਂ, ਨਾ ਅਸੀਂ ਕਰਿਆ ਵੀ ਉਹਨਾਂ ਮਹਿਕਮਿਆਂ ਨੂੰ ਇਕੱਠੇ ਕੋਆਰਡੀਨੇਸ਼ਨ ਹੋਣ ਕਹੀ ਹੈ ਕੇਂਦਰ ਪੱਧਰ 'ਤੇ ਵੀ ਸੂਬਾ ਪੱਧਰ, ਨਾ ਅਸੀਂ ਇਹ ਕਰਿਆ ਕਿ ਜਦ ਅਸੀਂ ਬੰਦ ਕਰਨੀ ਹੈ, ਜਿਹੜੀ ਮਰਜ਼ੀ ਸਰਕਾਰ ਦਾ ਰਾਜ ਹੋਵੇ, ਜਿਹੜੀ ਵਿਰੋਧੀ ਹੋਵੇ, ਚਾਹੇ ਜੇ ਚੀਨ ਸਾਨੂੰ ਕਹਿ ਸਕਦਾ ਕਿ ਲੋੜ ਹੈ ਤਾਂ ਲੈ, ਜੇ ਅਸੀਂ ਦੂਜੇ ਮੁਲਕਾਂ ਨੂੰ ਠੀਕ ਕਰ ਸਕਦੇ ਹਾਂ ਇਸ ਗੱਲ ਦੇ ਬਾਵਜੂਦ ਕਿ ਸਾਡੀ ਲੋੜ ਹੈ, ਅਸੀਂ ਆਪਣੀ ਲੋੜ ਦੇ ਬਾਵਜੂਦ ਵੀ ਕੋਈ ਗੱਲ ਨਹੀਂ, ਹਿਊਮਨਟੇਰੀਅਨ ਹੈ, ਫਿਰ ਅਸੀਂ ਆਪਣੇ ਸਟੇਟਾਂ ਦੇ ਸੈਂਟਰਾਂ ਦੇ ਨੈਕ ਰਿਲੀਜ਼ ਕਰਾ ਲੈਂਦੇ ਨਾ ਵੀ ਯਾਰ ਇਹ ਮਹਾਂਮਾਰੀ 'ਚ ਕੋਈ ਸਸਤੀ ਕਰਨੀ ਇਹੋ ਜਿਹੀ ਸਸਤੀ, ਆਪਾਂ ਇਕੱਠੇ ਹੋ ਕੇ ਯਾਨੀ ਕੇਂਦਰ ਨੇ ਵੀ, ਜਨਤਾ ਨੇ ਵੀ, ਵੱਖ ਵਿਭਾਗਾਂ ਨੇ ਵੀ, ਆਪਾਂ ਰਲ ਕੇ ਕੰਮ ਕਰਨਾ ਹੈ, ਇਹ ਅਸੀਂ ਕੰਟਰੋਲ ਕਰ ਸਕਦੇ ਸੀ। ਇੰਡੀਆ 'ਚ ਪਰ ਪਾਪੂਲੇਸ਼ਨ ਜੇ ਅਸੀਂ ਕੇਸਾਂ ਦੀ ਗਿਣਤੀ ਦੇਖੀਏ ਤਾਂ 100-140 ਦੇਸ਼ਾਂ ਤੋਂ ਘੱਟ ਹੈ ਜੀ, ਬਾਕੀ 100 ਤੋਂ ਵੱਧ ਹੈ, ਇੱਦਾਂ ਹੀ ਟੈਚ ਰੇਟ ਵੀ 100 ਦੇਸ਼ਾਂ ਤੋਂ ਵੱਧ ਹੈ, ਸੋ ਅਸੀਂ ਵਿੱਚ ਵਿਚਾਲੇ ਖੜੇ, ਜੇ ਅਸੀਂ ਵਿੱਚ ਵਿਚਾਲੇ ਖੜੇ ਹਾਂ ਤਾਂ ਇਸ ਤੋਂ ਅਸੀਂ ਬੈਠ, ਕਿਉਂਕਿ ਸਾਡੀ ਵੱਧ ਹੀ ਬਹੁਤ ਜ਼ਿਆਦਾ, ਇਸ ਤੋਂ ਬਾਅਦ ਸਾਡੀ ਵੀ ਜ਼ਿਆਦਾ, ਅਸੀਂ ਇਸ ਤੋਂ ਆਬਾਦੀ ਵੱਧ ਦਾ ਨੁਕਸਾਨ ਵੀ ਹੈ, ਉਹਦਾ ਫਾਇਦਾ ਵੀ ਹੈ। ਰਾਈਟ ਰਾਈਟ ਜੀ ਜੀ ਜੀ, ਡਾਕਟਰ ਸਾਹਿਬ ਬੇਸਿਕਲੀ ਜੇ ਆਪਾਂ ਇਹਨੂੰ ਸਮਰਾਈਜ਼ ਕਰੀਏ, ਜੇ ਤੁਸੀਂ ਕੁਛ ਕਿਹਾ, ਜਿਹੜਾ ਕੁਛ ਕਿਹਾ ਆ ਕਿ ਸਟੇਟ ਅਤੇ ਸੈਂਟਰਲ ਗੌਰਮੈਂਟ ਨੇ ਕਲੈਕਟਿਵ ਰਿਸਪਾਂਸੀਬਿਲਟੀ ਬਣਦੀ ਸੀ, ਇੱਕ ਕਲੈਕਟਿਵ ਰਿਸਪਾਂਸੀਬਿਲਟੀ, ਇੱਕ ਟਾਸਕ ਫੋਰਸ ਬਣਾਉਣ ਦੀ, ਕਿ ਜੇ ਆਹ ਮਹਾਂਮਾਰੀ ਦਾ ਦੂਜਾ ਫੇਸ ਆਉਂਦਾ ਤਾਂ ਅਸੀਂ ਆਹ ਟਾਸਕ ਫੋਰਸ ਬਣਾਈ ਹੈ, ਇਹਨੂੰ ਆਹ ਇਕਿਊਪਮੈਂਟ ਦਿੱਤੇ ਹੈ, ਅਤੇ ਸਾਨੂੰ ਲੋਕਡਾਊਨ ਵੀ ਨਹੀਂ ਕਰਨਾ ਪਊਗਾ, ਜੇ ਜ਼ਰੂਰਤ ਪਈ ਤਾਂ ਕਰਾਂਗੇ, ਪਰ ਹਰ ਚੀਜ਼
हर बंदा हर हॉस्पिटल डॉक्टर डॉक्टर टीमां नर्स ये सारे वैल इक्विप्ड ने जे सानू आया तो असी आ कुछ करांगे पर उच आप फेलियर रहे हैं जी एक गल मैं होर कहांगा छोटी जी ये टाइम जी लगे जी था जी जी ये है कि जब आप जिम्मे अपने घर गैसट आ जी असं देख रहे भी समान साढ़े को गैस में जो पहला देना वो वास्ते रख देना जी आप कहने भाई यार आप थोड़ा थोड़ा खा ये जिन्होंने टूर ली पहले रोटी खा के कहना यार तू रहन दे जे तेन टूर ली सर रोटी होनी ही नहीं घर च असं जी ये पूरी इंटरनेशनल लैवल से पता सी सिर्फ 4-5% मरीज ने इन्होंने हस्पताल की लोड़ दी है जिन्हों जो 4% वो बड़े हस्पताल की लोड़ नहीं है हेल्थ सेंटर च जाके कम्युनिटी हेल्थ सेंटर जाके सर जी असं ये तो करे ना तो क्वारंटाइन वाले जिन्हें जुकाम हो गया जिन्हें जुकाम पॉजिटिव हो गया कि वो मन से डर पैदा कर भी तू नहीं बचता तेरा तो गया तेरी धरती कटी गई उधर तला बचा दे तो बचा दे दूजा असं हरेक नूं हस्पताल भेजना शुरू कर इहदी लोड़ नहीं सी तीजा असं उन्हां नूं साइकोलॉजिकली इन्ना डरा दा हस्पताल च प्रबंधक कोई ਜਿੱਡਾ ਵੱਡਾ ਸਾਡੇ ਕੋਲ ਪ੍ਰਬੰਧ ਹੈ ਹਸਪਤਾਲ ਮੈਂ ਤਾਂ ਸਰਵੇ ਦਾ ਦੱਸਿਆ ਸੀ ਨਾ ਤੁਸੀਂ ਮੰਨੋਗੇ ਪ੍ਰਣਾਲ ਜੀ ਵੀ ਸਾਡੇ ਕੋਲ ਹਸਪਤਾਲ ਤੇ ਕਿੰਨਾ 250 ਤੋਂ ਵੱਧ ਸਰਕਾਰੀ ਮੈਡੀਕਲ ਕਾਲਜ ਹੈ ਭਾਰਤ ਦੇ ਵਿੱਚ ਠੀਕ ਤੇ 500 ਬੈੱਡ ਤੋਂ 2500 ਬੈੱਡ ਤੱਕ ਹੈ ਆ ਪੰਜਾਬ ਦੇ ਵਿੱਚ ਦੋ ਮੈਡੀਕਲ ਕਾਲਜਾਂ 'ਚ 1100 ਬੈੱਡ ਹੈ ਇੱਕ 'ਚ 500 ਬੈੱਡ ਪਟਿਆਲਾ ਅੰਮ੍ਰਿਤਸਰ ਤੇ ਫਰੀਦਕੋਟ 2700 ਬੈੱਡ ਹੈ ਸਾਡੇ ਕੋਲ ਤੋ ਸਾਨੂੰ ਜੇ ਦੁਨੀਆਂ ਦੇ ਆਪਾਂ ਕੇਸ ਦੇਖੀਏ ਦੁਨੀਆਂ ਦੇ ਵਿੱਚ ਅੱਜ 21 ਲੱਖ ਐਕਟਿਵ ਕੇਸ ਹੈ ਜੀ 21 ਲੱਖ ਦੇ ਵਿੱਚ ਜੇ ਅਸੀਂ 5% ਲਾਈਏ ਤਾਂ ਸਾਰੇ 1.25 ਲੱਖ ਬਣਿਆ 1,20,000 ਹਾਂਜੀ ਇੱਥੇ ਬਣਿਆ ਹਾਂਜੀ ਦੁਨੀਆ ਦੀ ਗੱਲ ਕਰਦਾ ਮੈਂ ਹਾਂਜੀ ਦੇ ਵਿੱਚ ਅਨਪੜ੍ਹ ਭਾਰਤ ਦੀ 1,25 ਲੱਖ ਕੇਸਾਂ ਨੂੰ ਡੀਲ ਕਰਦਾ ਅਸੀਂ ਜਿੰਨਾ 250 ਮੈਡੀਕਲ ਕਾਲਜ ਹੈ 750 ਕਿਹੜੇ ਪਿੰਡ ਦਾ ਹਸਪਤਾਲ ਹੈ ਬਹੁਤ ਸਾਰੇ ਉੱਥੇ ਫੇਰ 3-4 ਸਾਡੇ ਕੋਲੇ ਤਹਿਸੀਲ ਦਾ ਹਸਪਤਾਲ ਆਕਸੀਜਨ ਲਾਉਣੀ ਹੈ ਆਕਸੀਜਨ ਤਾਂ ਘਰੇ ਲਾਈ ਕਿਤੇ ਟੋਬੋ ਅਦੋਣੀ ਜੋ ਕਿ 6000 ਸਾਡੇ ਕੋਲ ਸੈਂਟਰ ਕੀ ਕਰਦਾ ਹਸਪਤਾਲ ਹੈ ਉੱਥੇ 4-4 ਸਪੈਸ਼ਲਿਸਟ ਨੇ ਸਾਡੇ ਕੋਲ ਪ੍ਰਾਇਮਰੀ ਦਾ ਸੈਂਟਰਾਂ ਦਾ ਪ੍ਰਾਪਤ 6000 ਪ੍ਰਾਇਮਰੀ ਹੈ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਹੈ ਉਹਦੇ ਵਿੱਚ ਜਿਹੜੀ ਅਸੀਂ ਉਹਨੂੰ ਆਰਗੇਨਾਈਜ਼ ਕਰਦਾ ਸੀ ਜੋ ਪਹਿਲਾਂ ਮੈਂ ਕਿਹਾ ਜਿਹੜਾ ਮਾੜਾ ਮੋਟਾ ਕਮੀ ਪੇਸ਼ੀ ਸੀ ਜਿਵੇਂ ਆਪਾਂ ਵਿਆਹ ਸ਼ਾਦੀ ਕਰਦੇ ਹੋ ਫਿਰ ਆਪਾਂ ਪ੍ਰਬੰਧ ਕਰਦੇ ਨਾ ਥੋੜ੍ਹਾ ਜਿਹਾ ਵੀ ਜਿੱਥੇ ਵੀਲ ਚੇਅਰ ਟੁੱਟੀ ਉਹ ਲਾ ਦਿਓ ਜਿੱਥੇ ਆਕਸੀਜਨ ਦੀ ਸਪਲਾਈ ਘੱਟ ਉੱਥੇ ਲਾਇਓ ਜਿੱਥੇ ਸਿਲੰਡਰ ਦੀ ਉਹ ਲਾਇਓ ਜਿੱਥੇ ਥੋੜ੍ਹੇ ਕਿ ਨਾ ਸਟਾਫ ਘੱਟ ਹੋ ਸਟਾਫ ਪਾ ਦਿਓ ਟੈਂਪਰੇਰੀ ਹੋਰ ਭਰਤੀ ਕਰ ਦਿਓ ਜਿੱਥੇ ਕੋਈ ਬੈੱਡ ਵਗੈਰਾ ਨਹੀਂ ਹੈ ਕਿ ਘੱਟ ਨਹੀਂ ਜਗ੍ਹਾ ਹੈਗੀ ਹੈ ਉੱਥੇ ਬੈੱਡ ਹੋ ਉਪਲਾ ਇੰਨਾ ਕੁ ਪ੍ਰਬੰਧ ਕਰਨਾ ਸੀ ਉੱਥੇ ਬਹੁਤਾ ਖਰਚਾ ਵੀ ਨਹੀਂ ਬਹੁਤਾ ਖਰਚਾ ਨਹੀਂ ਹੋਣਾ ਜੀ ਜੀ ਬੇਸਡ ਅਪੋਨ ਵਟ ਯੂ ਟੈਲਿੰਗ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਜ਼ਿਆਦਾ ਐਡਾ ਵੱਡਾ ਖਰਚੇ ਵਾਲੀ ਗੱਲ ਹੈ ਨਹੀਂ ਸੀ ਤਾਂ ਨਹੀਂ ਹੈ ਨਹੀਂ ਨਹੀਂ ਹੈ ਸੀ ਠੀਕ ਠੀਕ ਡਾਕਟਰ ਸਾਹਿਬ ਹੁਣ ਆਪਾਂ ਇਹਨੂੰ ਇਸ ਸੈਗਮੈਂਟ ਨੂੰ ਇੱਥੇ ਰਹਿਣ ਦਿੰਦੇ ਹਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੂਰੀ ਦੁਨੀਆ ਤੇ ਠੰਡ ਵਰਤਾਵੇ ਮਹਾਮਾਰੀ ਤੋਂ ਛੁਟਕਾਰਾ ਮਿਲੇ ਹਰ ਮਾਨਵਤਾ ਦਾ ਭਲਾ ਹੋਵੇ ਆਪਾਂ ਇਹਨੂੰ ਇਸ ਸੈਗਮੈਂਟ ਤੋਂ ਅਗਲਾ ਆਪਾਂ ਕਿਸਾਨ ਅੰਦੋਲਨ ਨਾਲ ਆਉਂਦੇ ਹਾਂ ਬ੍ਰੇਕ ਤੋਂ ਬਾਅਦ 1-2 ਮਿੰਟ ਦੀ ਬ੍ਰੇਕ ਹੈ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਦਰਸ਼ਕੋ ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਗੁਰਲਾਲ ਪ੍ਰੋਗਰਾਮ ਓਪਨ ਪਲੇਟਫਾਰਮ ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਪਿਆਰੇ ਲਾਲ ਗਰਗ ਜੀ ਚੰਡੀਗੜ੍ਹ ਤੋਂ ਡਾਕਟਰ ਸਾਹਿਬ ਸਵਾਗਤ ਜੀ ਬ੍ਰੇਕ ਤੋਂ ਬਾਅਦ ਫੇਰ ਤੁਹਾਡਾ ਅਤੇ ਆਪਾਂ ਹੁਣ ਦੂਸਰੇ ਸੈਗਮੈਂਟ ਵੱਲ ਚੱਲਦੇ ਹਾਂ ਵੈਰੀ ਸਿੰਪਲ ਕੁਐਸਚਨ ਡਾਕਟਰ ਸਾਹਿਬ ਮੇਰੇ ਤੁਹਾਡੇ ਤੋਂ ਆ ਕਿ ਪਿਛਲੇ ਆਪਾਂ ਹੁਣ ਜੇ ਬਾਰ ਬਾਰ ਇਸੇ ਕਹੀਏ ਕਿ ਮੋਦੀ ਸਰਕਾਰ ਨੇ ਆ ਬੀਜੇਪੀ ਸਰਕਾਰ ਨੇ ਆਪਾਂ ਜੇ ਪਿਛਲੇ 1-2 ਦਹਾਕਿਆਂ 'ਚ ਚੱਲੀਏ ਇੱਕ ਦੋ ਦਹਾਕਿਆਂ ਦੇ ਵਿੱਚ ਡਾਕਟਰ ਸਾਹਿਬ ਕੀ ਕਾਰਨ ਹੈ ਕਿ ਆਪਣੀ ਕੰਟਰੀ ਆਪਣਾ ਭਾਰਤ ਮਹਾਨ ਸੋਸ਼ਲਿਜ਼ਮ ਤੋਂ ਕੈਪੀਟਲਿਜ਼ਮ ਵੱਲ ਨੂੰ ਉਲਾਰੂ ਹੋਇਆ ਕੀ ਕਾਰਨ ਹੈ ਉਹਦਾ ਦੇਖੋ ਗੁਰਲਾਲ ਜੀ ਸਭ ਤੋਂ ਵੱਡੀ ਗੱਲ ਇਹ 2 ਦਹਾਕੇ ਨਹੀਂ 3 ਦਹਾਕਿਆਂ ਤੋਂ ਹੋਇਆ 90ਵਿਆਂ ਦੇ ਵਿੱਚ ਅਸੀਂ ਗੈਟ ਸਮਝੌਤਾ ਜੋ ਡੰਕਲ ਡਰਾਫਟ ਸੀ DDT ਕਹਿੰਦੇ ਸੀ ਜੀ DD ਜਿਹੜਾ ਡੰਕਲ ਡਰਾਫਟ ਸੀ ਗੈਟ ਸਮਝੌਤਾ ਜਿਹਨੂੰ ਕਹਿੰਦੇ ਨੇ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਯਾਨੀ ਕਿ ਵਸੂਲ ਦੇ ਉੱਤੇ ਚੁੰਗੀ ਦੇ ਉੱਤੇ ਇੱਕ ਆਮ ਸਹਿਮਤੀ ਦਾ ਸਮਝੌਤਾ ਉਹ ਅਸੀਂ 1970 ਸਾਈਨ ਕਰ ਨਰਸਿਮਾ ਰਾਓ ਸਾਹਿਬ ਦੀ ਸਰਕਾਰ ਸੀਗਾ ਜਦ ਅਸੀਂ ਉਹ ਸਾਈਨ ਕਰ ਉਦੋਂ ਅਸੀਂ ਉਹਦੀਆਂ ਤਕਰੀਬਨ 480 ਪੇਜ ਦੀਆਂ ਉਹ ਆਕਾਂ ਕਿ ਉਹਨੂੰ ਬੇਨਤੀਆਂ ਕਰੀਆਂ ਜਾ ਕੇ ਜੀ ਨਾ ਕਰੋ ਹੱਥ ਬੰਨ ਕੇ ਸਾਡੇ ਮੁਲਕ ਦੇ ਵਿੱਚ ਬਹੁਤ ਗਰੀਬ ਆਬਾਦੀ ਹੈ ਆਪੇ ਕਰਕੇ ਖਾਣ ਵਾਲੇ ਨੇ ਰੋਡ ਦਾ ਰੋਡ ਖਾਣ ਵਾਲੇ ਨੇ ਉਹ ਮਾਰੇ ਜਾਣਗੇ ਸਾਰੇ ਦੇਸ਼ ਦੀ ਸੱਤਾ ਨੂੰ ਵੀ ਖਤਰਾ ਪੈਦਾ ਹੋ ਜਾਊ ਸਾਡਾ ਮੁਲਕ ਇਹ ਚੱਲਦਾ ਹੀ ਇਸ ਕਰਕੇ ਇੱਥੇ ਬਣ ਸਕਦਾ
ਹਰ ਤਰ੍ਹਾਂ ਦਾ ਆਪਦਾ ਆਪਦਾ ਤੌਰ ਤਰੀਕਾ ਉਹ ਰਹਿ ਇੱਕ ਨਾਲ ਤੋਂ ਚੱਲਣਾ ਪਰ ਉਹ ਸਾਈਨ ਉਹ ਸਾਈਨ ਹੋਣ ਤੋਂ ਬਾਅਦ ਇੱਥੇ ਟਿਕਟ ਸਾਹਿਬ ਦਾ ਜਿਵੇਂ ਆਪਾਂ ਨੂੰ ਪਤਾ ਇੱਕ ਨਤੀਜੇ ਟਾਈਮ ਲੱਗਦਾ ਹੀ ਹੈ ਉਦੋਂ ਤਾਂ ਲੋਕ ਇਹ ਗੱਲ ਸਮਝ ਨਹੀਂ ਆਈ ਕਿ ਸਾਡੇ ਨਾਲ ਬਾਪੂ ਅਸੀਂ ਬਥੇਰੀਆਂ ਉਹਦੇ ਆਏ ਜਿਹੜਾ ਸਾਨੂੰ ਵੀ ਕਹਿਣਾ ਨਹੀਂ ਆਇਆ ਲੋਕਾਂ ਨੂੰ ਕਿਵੇਂ ਦੱਸਣਾ ਕੀ ਵਾਪਰ ਹੁਣ ਜਿਹੜਾ ਅੱਜ ਦੀ ਪੋਜੀਸ਼ਨ ਆ ਗਈ ਅੱਜ ਇਹ ਆ ਗਈ ਕਿ 2014 ਤੋਂ ਬਾਅਦ ਇਹ ਸਾਰਾ ਕੁਝ ਕਿਹਨੂੰ ਸੁਧਾਰ ਕਿਹਾ ਗਿਆ ਸੁਧਾਰ ਕਿਹਾ ਗਿਆ ਇਹ ਜਿਹੜੀ 2014 'ਚ ਸ਼ੁਰੂ ਹੋਏ ਉਹ ਪਹਿਲਾਂ ਹੀ ਸ਼ੁਰੂ ਹੋਏ ਹੋਏ ਸੀ ਇਹ 2014 ਤੱਕ ਬਹੁਤ ਤੇਜ਼ ਕਰਤੇ ਸਪੀਡ ਤੇਜ਼ ਕਰਕੇ ਨਾਲ ਸਪੀਡ ਹਾਂਜੀ ਹਾਂਜੀ ਅੱਜ ਵੀ ਤਾਂ ਬਿਆਨ ਹੈ ਜਿਹੜੇ ਸਾਡੇ ਵਿੱਤ ਮੰਤਰੀ ਜੀ ਨੇ ਉਹ ਕਹਿੰਦੇ ਕੋਵਿਡ ਜੋ ਕੀ ਹੋਵੇ ਇਹ ਸੁਧਾਰ ਤਾਂ ਇੱਦਾਂ ਹੀ ਤੇਜ਼ੀ ਨਾਲ ਚੱਲ ਅੱਜ ਦਾ ਬਿਆਨ ਹੈ ਸੋ ਇਹ ਜਿਹੜਾ ਸਾਡਾ ਇਹ ਅਸੀਂ ਇੱਕ ਪਾਸੇ ਉਹਨੂੰ ਕਹਿੰਦੇ ਸੁਧਾਰ ਹਾਂ ਇਹ ਉਹ ਸੁਧਾਰ ਨਹੀਂ ਹੈ ਡਾਕਟਰ ਸਿੰਘ ਨੇ ਆਖਿਆ ਸੀ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਕੁੱਕ ਵੇਚਣ 'ਚ ਚੱਲੇ ਹੋ ਯੈਸ ਕਹਿੰਦਾ ਆਇਆ ਸੈਲ ਇੰਡੀਆ ਈਸਟ ਇੰਡੀਆ ਕੰਪਨੀ ਤੋਂ ਸਾਡਾ ਕਿਤੇ ਨਹੀਂ ਛੁੱਟਿਆ ਸੀ ਅਸੀਂ ਪਿਛਲੇ 30 ਸਾਲਾਂ 'ਚ ਪਤਾ ਨਹੀਂ ਕਿੰਨੀਆਂ ਈਸਟ ਇੰਡੀਆ ਕੰਪਨੀਆਂ ਆਉਂਦਾ ਰਾਈਟ ਮੈਂ ਇਹ ਵੱਡਿਆ ਕਾਰਨ ਹੈ ਜੀ 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 ਡਾਕਟਰ ਸਾਹਿਬ ਬਹੁਤ ਸੋਹਣਾ ਮੇਰੇ ਸ਼ੰਕੇ ਸੀਗੇ ਕਾਫੀ ਦਰਸ਼ਕਾਂ ਦੇ ਵੀ ਤੁਸੀਂ ਵੀ ਅਲੈਬਰੇਟ ਕੀਤਾ ਉਸ ਚੀਜ਼ ਨੂੰ ਪਰ ਚਲੋ ਆਪਾਂ ਉਸ ਨੂੰ ਵੀ ਛੱਡ ਦਿੰਦੇ ਹੁਣ ਆਪਾਂ ਆਉਂਦੇ ਹਾਂ ਕਿ ਰੋਜ਼ ਵੱਡੇ ਵੱਡੇ ਮੀਡੀਆ ਹਾਊਸਿਸ ਚਰਚਾ ਹੁੰਦੀ ਹੈ ਤੁਹਾਡੇ ਵਰਗੇ ਬੁੱਧੀਜੀਵੀ ਵੱਡੇ ਸਿਆਣੇ ਬਹਿ ਜਾਂਦੇ ਹੈ ਕਿ ਜੋ ਤਿੰਨੇ ਕਾਨੂੰਨ ਲਿਆਂਦੇ ਗਏ ਆ ਉਹ ਗਲਤ ਹੈ ਆ APMC ਮੰਡੀ ਐਕਟ ਗਲਤ ਹੈ APMC ਮੰਡੀ ਐਕਟ ਐਸੈਂਸ਼ਲ ਕਮਾਂਡਟੀ ਐਕਟ ਦੂਜਾ ਕੰਟਰੈਕਟ ਉਸ ਤੋਂ ਬਾਅਦ ਵਟਐਵਰ ਉਹ 'ਤੇ ਆਪਾਂ ਚਰਚਾ ਬਾਅਦ 'ਚ ਕਰ ਲਾਂਗੇ ਮੇਰਾ ਕੁਸ਼ਚਨ ਇਹ ਹੈ ਤੁਹਾਡੇ ਤੋਂ ਕਿ ਲੇਟਲੀ ਕੀ ਕਾਰਨ ਹੈ ਕਿ ਜਿਹੜੇ ਬੁੱਧੀਜੀਵੀ ਹੈ ਉਹ ਕਿਸਾਨਾਂ 'ਤੇ ਪ੍ਰੈਸ਼ਰ ਪਾ ਰਹੇ ਹੈ ਕੀ ਕਾਰਨ ਹੈ ਕਿ ਉਹ ਕਿਸਾਨਾਂ 'ਤੇ ਪ੍ਰੈਸ਼ਰ ਪਾ ਰਹੇ ਹੈ ਕਿ ਤੁਸੀਂ ਇੱਕ ਅੰਦੋਲਨ ਖਤਮ ਕਰ ਦਿਓ ਟਾਈਮ ਪਾ ਕੇ ਫਿਰ ਦੇਖ ਲਾਂਗੇ ਜਾਂ ਫੇਕ ਕਰ ਲਾਂਗੇ ਕੀ ਉਹਨਾਂ ਦੇ ਉੱਤੇ ਸਰਕਾਰਾਂ ਦਾ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਜਾਂ ਉਹਨਾਂ ਨੇ ਇਸ ਚੀਜ਼ ਉਸ ਮਾਡਲ ਨੂੰ ਐਕਸੈਪਟ ਕਰ ਲਿਆ ਆਪਦੇ ਬ੍ਰੇਨ ਦੇ ਵਿੱਚ ਕਿ ਆਪਾਂ ਇੱਦਾਂ ਹੀ ਜੀਣਾ ਹੈ ਕੀ ਕਾਰਨ ਹੈ ਇਹਦੇ ਵਿੱਚ ਦੇਖੋ ਜੀ ਜਿਹੜੇ ਬੁੱਧੀਜੀਵੀ ਨੇ ਬਹੁਤੇ ਉਹਨਾਂ 'ਚੋਂ ਨੇ ਜਿਨ੍ਹਾਂ ਨੇ ਮੈਂ ਬੜੀਆਂ ਡਿਸਕਾਪੀਆਂ ਨੇ ਬੜੇ ਦੁਨੀਆਂ ਦੇ ਸੁਣੇ ਨੇ ਉਹਨਾਂ ਨੇ ਉਹ ਚੰਗੇ ਬੰਦੇ ਨੇ ਪਹਿਲੀ ਗੱਲ ਐਜ਼ ਏ ਇਨਸਾਨ ਉਹ ਬਹੁਤ ਅੱਛੇ ਨੇ ਆਪਾਂ ਐਜ਼ ਏ ਇਨਸਾਨ ਚੰਗਾ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਹਾਂਜੀ ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਟੋਟਲ ਗੱਲ ਕਹਿ ਰਿਹਾ ਜੀ 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 ਗੱਲ ਉਹਨਾਂ ਵੀ ਉਹਨਾਂ ਦੇ ਗੁਣ ਕੀ ਨੇ ਫਿਰ ਗੁਣ ਕੀ ਨੇ ਹਾਂਜੀ 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 ਵੀ ਉਹ ਆਪਦੇ ਕੰਮ 'ਚ ਐਕਸਪਰਟ ਵੀ ਨੇ ਉਹ ਨਾਗਲੇ ਪੇਟ ਵੀ ਨਹੀਂ ਰੱਖਦੇ ਸੀ ਪਰ ਇੱਥੇ ਆ ਕੇ ਕਿਉਂਕਿ ਸਰਕਾਰ ਦੀ ਨੀਡ ਵਰਤੀ ਗਈ ਸਰਕਾਰ ਨੇ ਪ੍ਰਚਾਰ ਸ਼ੁਰੂ ਕਰ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਆਪ ਕਦੇ ਸਟਰਗਲ ਤਾਂ ਕਰਿਆ ਨਹੀਂ ਕਮਰਾ ਦੇਣ ਨੂੰ ਤਿਆਰ ਹੋ ਇਹ ਦੱਸਦੀ ਨੀ ਵੀ ਕਾਲੀ ਗੁਰਲਾਲ ਨਾਲ ਨੇ ਤਾਂ ਕਬਜ਼ਾ ਕਰ ਲਿਆ ਸੋ ਅੱਜ ਸਾਡੇ ਜਿਹੜੇ ਬੁੱਧੀਜੀਵੀ ਨੇ ਉਹ ਸਰਕਾਰ ਦੇ ਕਹਿ ਲਓ ਦੇ ਵਿੱਚ ਇਸ ਤਰੀਕੇ ਨਾਲ ਤੁਰਦੇ ਕਿ ਸਰਕਾਰ 'ਚ ਜਦ ਤੁਸੀਂ ਮੁਜਰਮ ਨੂੰ ਅਤੇ ਮਜ਼ਦੂਰ ਨੂੰ ਬਰਾਬਰ ਰੱਖਣਾ ਸ਼ੁਰੂ ਕਰ ਦੋਗੇ ਤਾਂ ਤੁਸੀਂ ਮੁਜਰਮ ਦੇ ਹੱਕ 'ਚ ਮਜ਼ਦੂਰ ਦੇ ਖਿਲਾਫ਼ ਆਟੋਮੈਟਿਕ ਉਤਰੇ ਨੇ ਯਾਰ ਦੋਨੇ ਇੱਕ ਦੇ ਕਹਿਣ ਦਾ ਮਤਲਬ ਕਮਜ਼ੋਰ ਦੇ ਦਿਮਾਗ ਦੇ ਵਿੱਚ ਕਰਨਾ ਨੇ ਜੇ ਇੱਕ ਪਾਸਾ ਪਿਕਚਰ ਦਾ ਤੱਕ ਜੀਏ ਦੂਜਾ ਦਿਖਾਈਏ ਨਾ ਮੈਂ ਐਜ਼ ਏ ਡਾਕਟਰ ਇਹ ਕਹੀ ਜਾਵਾਂ ਵੀ ਪ੍ਰਾਣ ਉੱਠ ਗਏ ਦੱਸ ਨਹੀਂ ਵੀ ਤਾਂ ਗੁਸਤਾ ਹੋ ਰਹੇ ਇਹਦੇ ਦਾ ਮਤਲਬ ਮੈਂ ਇੱਕ ਪਾਸਾ ਕਰਦਾ ਜੇ ਮੈਂ ਦੋਨੇ ਗੱਲਾਂ ਦੱਸਾਂ ਵਿਆਹ ਭਾਈ ਇੰਨਾ ਕਰ ਲੈਂਦਾ ਹੁਣ ਜਿਹੜਾ ਬੁੱਧੀਜੀਵੀ ਆ ਉਹਦਾ ਫਰਜ਼ ਕੀ ਪੈਂਦਾ ਉਹਦਾ ਫਰਜ਼ ਪੈਂਦਾ ਅਰਥ ਸ਼ਾਸਤਰੀ ਦਾ ਕਿ ਜੀ ਇੰਨੀ ਬੰਦਿਆਂ ਨੂੰ ਐਗਰੀਕਲਚਰ ਰੁਜ਼ਗਾਰ ਦਿੱਤਾ ਜੀ 60% ਜੀ 8% ਬੰਦਿਆਂ ਨੂੰ ਜਿਹਦੇ 'ਚੋਂ 25% ਸਿੱਧਾ 25% ਟੇਟਾ ਰੁਜ਼ਗਾਰ ਕੀਤੀ ਹੈ ਸਾਰੇ ਰੇਹੜੀ ਵਾਲਿਆਂ ਨੂੰ ਰਿਕਸ਼ੇ ਵਾਲਿਆਂ ਨੂੰ ਸਬਜ਼ੀ ਵੇਚਣ ਵਾਲਿਆਂ ਨੂੰ ਮੰਡੀਆਂ ਦੇ ਵਿੱਚ ਵਪਾਰੀਆਂ ਨੂੰ ਆਟੇ ਦੀ ਚੱਕੀ ਨੂੰ ਚੋਲਾਂ ਵਾਲਿਆਂ ਨੂੰ ਕਢਾਈ ਵਾਲਿਆਂ ਨੂੰ ਚੜ੍ਹਾਈ ਵਾਲਿਆਂ ਨੂੰ ਟੋਲਿਆਂ ਨੂੰ ਮੰਡੀਆਂ ਨੂੰ ਬਾਕੀ ਤਾਂ ਜਿਹੜੇ ਹੈਗੇ ਨੇ ਆਪਣੇ ਕਪਾਹ ਦੀਆਂ ਫੈਕਟਰੀਆਂ ਦੇ ਵਿੱਚ ਰੂੰ ਦੀਆਂ ਫੈਕਟਰੀਆਂ ਦੇ ਵਿੱਚ ਬਾਕੀ ਜਿਹੜਾ ਸਿੱਧਾ ਰੁਜ਼ਗਾਰ ਵੀ ਖੇਚੀ ਕਰਨ 'ਚੋਂ ਘੱਟ ਗਈ ਇਹ ਜਿਹੜਾ ਇੱਕ ਵੱਡਾ ਰੁਜ਼ਗਾਰ ਹੈ ਔਰ ਉਹ ਸਿਰਫ
ਉਹਦੇ 'ਚ ਕੋਈ ਸਰਕਾਰੀ ਰੁਜ਼ਗਾਰ ਨਹੀਂ, ਸਰਕਾਰ ਰੁਜ਼ਗਾਰ ਦੇ ਨਹੀਂ ਸਕਦੀ। ਇੱਡਾ ਵੱਡਾ ਰੁਜ਼ਗਾਰ ਦਾ ਸਾਧਨ ਹੋ ਗਿਆ, ਉਹਨਾਂ ਨੂੰ ਕਿੱਥੇ ਲੈ ਕੇ ਜਾਓਗੇ? ਚਲੋ ਕਿ ਦੱਸਿਆ ਨਹੀਂ, ਮੈਂ ਅਗਲਾ ਕੁਐਸਚਨ ਉੱਤੇ ਆਉਣ ਲੱਗਾ। ਜੀ 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 ਹਾਂਜੀ। ਦੂਜਾ ਉਹਦੇ ਵਿੱਚ ਇਹ ਨਹੀਂ ਦੱਸਿਆ ਵੀ ਇਹਨਾਂ ਨੂੰ ਜਦ ਤੁਸੀਂ ਇਹਨਾਂ ਦੀ ਜ਼ਮੀਨ ਤੋਂ ਵਿਹਲੇ ਕਰਤਾ, ਇਹਨਾਂ ਨੂੰ ਕਿੱਥੇ ਵਸਾਓਗੇ? ਸ਼ਹਿਰਾਂ 'ਚ ਲੈ ਕੇ ਜਾਓਗੇ? ਸ਼ਹਿਰਾਂ ਦੇ ਬਸਤਾਂ 'ਚ ਲੈ ਕੇ ਜਾਓਗੇ? ਉੱਥੇ 'ਚ ਤਾਂ ਰਹਿਣ ਦਾ ਪ੍ਰਬੰਧ ਨਹੀਂ ਹੋਣਾ, ਉੱਥੇ ਸਿੱਖਿਆ ਦਾ ਪ੍ਰਬੰਧ ਨਹੀਂ ਹੋਣਾ, ਉੱਥੇ ਸਿਹਤ ਦਾ ਪ੍ਰਬੰਧ ਨਹੀਂ ਹੋਊ, ਉੱਥੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋਣਾ, ਉੱਥੇ ਕੰਮ ਫੈਲ ਜਾਏਗਾ, ਮਹਾਂਮਾਰੀਆਂ ਕੋਵਿਡ ਵਰਗੀਆਂ ਹੋਰ ਫੈਲਣਗੀਆਂ ਤੇ ਜ਼ੁਲਮ ਵੀ ਵਧੇਗਾ। ਆਫ ਕੋਰਸ ਜੀ 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 ਜ਼ੁਲਮ ਵੀ ਵਧੇਗਾ। ਸੋ ਸਮਾਜ ਨੂੰ ਚਲਾਉਣਾ ਔਖਾ ਹੋ ਜਾਏਗਾ। ਤੁਸੀਂ GST ਕੱਢੀ ਅਵੇ ਤਾਂ ਨਹੀਂ ਲੈਣੀ, GST ਲੈਣਾ ਸਮਾਜ ਨੂੰ ਚਲਾਉਣ ਵਾਸਤੇ। ਪਰ ਜੇ ਸਮਾਜ ਹੀ ਟੁੱਟ ਗਿਆ, ਇਹ ਗੱਲਾਂ ਦੱਸ, ਇੱਕ ਤੀਜੀ ਗੱਲ ਦੱਸਣੀ ਸੀ ਵੀ ਸਾਡਾ ਦੇਸ਼ 'ਚ ਵੰਨ ਸਵੰਨ ਵੰਨ ਸਵੰਨ ਜੀ ਹਰ ਤਰ੍ਹਾਂ ਦੇ ਅਨੁਸਾਰ ਹੈ, ਸੱਭਿਆਚਾਰ ਦੇ ਅਨੁਸਾਰ ਹੈ, ਫੂਡ ਵੀ ਸਾਡੀਆਂ ਫੂਡ ਹੈਬਿਟਸ ਨੇ, ਭੋਜਨ ਦੀ ਆਦਤ ਉਹ ਵੀ ਸਾਊਥ ਦੀਆਂ ਹੋਰ ਨੇ, ਨੌਰਥ ਦੀਆਂ ਹੋਰ ਨੇ, ਹਾਂਜੀ ਨੌਰਥ ਈਸਟ ਦੀਆਂ ਹੋਰ ਨੇ। ਹਾਂਜੀ ਹਾਂਜੀ ਹਾਂਜੀ। ਸੋ ਵੀ ਉਸੇ ਮੁਤਾਬਕ ਉਹਨਾਂ ਦੀ ਖੇਤੀ ਅਤੇ ਛੋਟਾ ਮੋਟਾ ਅਰਥਚਾਰਾ ਲੋਕਲ ਜਿਹੜੇ ਸਰਕਾਰ ਅਰਥਚਾਰਾ ਉਸੇ ਮੁਤਾਬਕ ਚੱਲਦਾ, ਤੁਸੀਂ ਇੱਕ ਕਿਵੇਂ ਬਣਾ ਲਓਗੇ ਇਸ ਨੂੰ? ਸਮਾਰੰਭ ਚੰਗਾ। ਇਹ ਤਿੰਨੇ ਗੱਲਾਂ ਦੱਸਣੀ, ਜਿਹਨਾਂ ਨੇ ਸਟੇਟਮੈਂਟਾਂ ਦੇ ਰਹੇ ਨੇ ਉਹ ਇਹ ਪਾਸਾ ਨਹੀਂ ਦੱਸਦੇ, ਉਹ ਸਿਰਫ ਇਹੀ ਕਹੀ ਜਾਂਦੇ ਨੇ ਕਿ ਸਰਕਾਰ ਦੀ ਗੱਲ ਮੰਨ ਲਓ ਜੀ, ਸਰਕਾਰ ਦੀ ਗੱਲ ਮੰਨ ਲਓ ਜੀ। ਹਾਂਜੀ। ਔਰ ਡਾਕਟਰ ਸਾਹਿਬ ਉਹ ਸ਼ਾਇਦ ਕਿਤੇ ਅੰਡਰ ਐਸਟੀਮੇਟ ਕਰ ਰਹੇ ਹੋਣਗੇ ਕਿ ਸ਼ਾਇਦ ਇਹਦੀ ਪਰਸੈਂਟੇਜ ਥੋੜ੍ਹੀ ਹੈ। ਦੇਖੋ, ਆਟੋ ਵਾਲੇ ਨੇ ਆਟੋ ਚਲਾਉਂਦਾ ਰਹਿਣਾ, ਰਿਕਸ਼ਾ ਵਾਲੇ ਨੇ ਰਿਕਸ਼ਾ ਚਲਾਉਂਦਾ ਰਹਿਣਾ, ਸਫਾਈ ਕਰਮਚਾਰੀ ਨੇ ਉਹ ਆਪਦਾ ਕੰਮ ਕਰਦਾ ਰਹਿਣਾ। ਹੁਣ ਜੇ ਆਪਾਂ ਚੱਲੀਏ ਮੰਡੀ ਕਰਮਚਾਰੀਆਂ ਦੀ, ਟੋਟਲ ਜਿਹੜੇ ਫਸਲਾਂ ਦੀ ਜਿਹੜੀ ਆਉਂਦੀ ਹੈ ਉਹਦੀ ਸਫਾਈ, ਤੁਲਾਈ, ਢੁਲਾਈ, ਟਰਾਂਸਪੋਰਟੇਸ਼ਨ, ਆੜਤੀਆ, ਵੇਅਰ ਹਾਊਸ ਦੇ ਵਰਕਰ, ਜੇ ਟੋਟਲ ਪਰਸੈਂਟੇਜ ਤਾਂ ਬਹੁਤ ਵੱਡੀ ਬਣ ਜਾਂਦੀ ਹੈ ਡਾਕਟਰ ਸਾਹਿਬ। ਉਹਨਾਂ ਨੂੰ ਐਡਜਸਟ ਕਿਸੇ ਇੰਡਸਟਰੀ 'ਚ ਕਰਨਾ, ਉਹਦੇ ਪਰਿਵਾਰਾਂ ਨੂੰ ਐਡਜਸਟ ਕਰਨਾ, ਇੱਕ ਸਰਕਾਰ ਲਈ ਬਹੁਤ ਵੱਡਾ ਬਣ ਜਾਏਗਾ ਆਪਣਾ, ਉਹਨਾਂ ਲਈ ਟੀਚਾ ਜਿਹੜਾ ਨਾ ਬਹੁਤ ਵੱਡਾ ਹੋਏਗਾ, ਜਿਹੜਾ ਉਹਨਾਂ ਤੋਂ ਹੈਂਡਲ ਨਹੀਂ ਹੋਣਾ, ਜਿਹੜੇ ਕਿ ਉਹ ਫੇਲੀਅਰ ਰਹੇ ਸਮਝਾਉਣ 'ਚ। ਐਮ ਆਈ ਰਾਈਟ? ਜੀ ਜੀ ਹਾਂਜੀ 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 ਹਾਂਜੀ। ਕੋਈ ਮੈਂ ਸਿਰਫ ਇੰਨੀ ਗੱਲ ਕਹਿੰਦਾ ਸੀ ਵੀ ਜਦ ਅਸੀਂ ਦੋ ਧਿਰਾਂ ਦੀ ਗੱਲ ਕਰਦੇ ਹੋਈਏ, ਅਸੀਂ ਕਹਿੰਦੇ ਹੋਈਏ ਅਸੀਂ ਨਿਰਪੱਖ ਹਾਂ, ਜਿਹਨੂੰ ਆਪਾਂ ਸਾਲਸ ਕਹਿੰਦੇ ਹਾਂ, ਜੇ ਅਸੀਂ ਸਾਲਸ ਬਣਨਾ ਤਾਂ ਸੱਚੀ ਮੁੱਚੀ ਨਿਰਪੱਖ ਹੋ ਕੇ ਕਰੀਏ, ਦੋਨੇ ਪਾਸੇ ਦੇਖੀਏ, ਤੇਰਾ ਪਾਸਾ ਵੀ ਦੇਖੀਏ, ਚਾਨਣ ਪਾਸਾ ਵੀ ਦੇਖੀਏ। ਜੇ ਅਸੀਂ ਦੋਨੇ ਪਾਸੇ ਨਹੀਂ ਦੇਖਦੇ, ਸਿਰਫ ਇੱਕ ਪਾਸੇ ਦੀ ਗੱਲ ਕਰਦੇ ਹਾਂ, ਸ਼ਬਦ ਇਹੋ ਜਿਹੇ ਵਰਤਦੇ ਹਾਂ ਜਿਹੜੇ ਦੋਨਾਂ ਦਾ ਭੁਲੇਖਾ ਪਾਉਣ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਜਾਣ ਬੁੱਝ ਕੇ ਜੀ ਜੀ ਇੱਥੇ ਪ੍ਰੋਬਲਮ ਲੱਗਦੀ, ਰਾਈਟ। ਡਾਕਟਰ ਸਾਹਿਬ, ਆਪਾਂ ਆਪਣੇ ਕੋਲ ਮੁੱਦੇ ਬਹੁਤ ਨੇ, ਆਪਣੇ ਕੋਲ 15 ਮਿੰਟਾਂ ਦਾ ਟਾਈਮ ਟੋਟਲ ਹੋ ਰਹਿ ਗਿਆ, ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਅਤੇ ਉਸ ਤੋਂ ਬਾਅਦ ਲਾਸਟ ਸੈਗਮੈਂਟ 'ਤੇ ਆਉਂਦੇ ਹਾਂ ਜੀ, ਠੀਕ ਹੈ ਜੀ? ਦਰਸ਼ਕੋ, ਡਾਕਟਰ ਸਾਹਿਬ ਆਪਣੇ ਨਾਲ ਬਣੇ ਹੋਏ ਨੇ, ਤੁਸੀਂ ਵੀ ਬਣੇ ਰਹੋ ਜਸ ਪੰਜਾਬੀ ਨਾਲ। ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ, ਮੈਂ ਤੁਹਾਡਾ ਗੁਰਲਾਲ, ਪ੍ਰੋਗਰਾਮ ਓਪਨ ਪਲੈਟਫਾਰਮ, ਟਿਊਜ਼ਡੇ ਵੈਨਸਡੇ ਥਰਸਡੇ, ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ। ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਚੰਡੀਗੜ੍ਹ ਤੋਂ ਡਾਕਟਰ ਪਿਆਰਾ ਲਾਲ ਗਰਗ। ਡਾਕਟਰ ਸਾਹਿਬ ਸਵਾਗਤ ਬ੍ਰੇਕ ਤੋਂ ਬਾਅਦ ਫਿਰ ਜੀ ਤੁਹਾਡਾ, ਅਤੇ ਆਪਣੇ ਕੋਲ ਨਾ ਕੁਐਸਚਨ ਬਹੁਤ ਨੇ, ਪਰ ਆਪਣੇ ਇੱਕ ਕਾਲਰ ਜੁੜ ਗਏ, ਉਹਨਾਂ ਦਾ ਕੁਐਸਚਨ ਲੈ ਕੇ ਆਪਾਂ ਅੱਗੇ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ 'ਚ। ਡਾਕਟਰ ਸਾਹਿਬ ਜੁੜੇ ਹੋਏ ਹਾਂ ਆਪਣੇ ਨਾਲ, ਡਾਕਟਰ ਪਿਆਰਾ ਲਾਲ ਜੀ ਗਰਗ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਔਰ ਡਾਕਟਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਨੂੰ ਕੋਲੇ ਸੁਣਦੇ ਰਹੀਦਾ, ਪਰ ਬਹੁਤ ਅੱਛੇ ਇਹਨਾਂ ਦੇ ਵਿਚਾਰ ਹੁੰਦੇ ਹੈ। ਤੇ ਮੇਰੇ ਤੇ ਇਹਨਾਂ ਕੋਲ ਦੋ ਹੈ ਨਿੱਕੇ ਨਿੱਕੇ ਸਵਾਲ। ਇੱਕ, ਜਿਵੇਂ ਇਹਨਾਂ ਨੇ ਹੋਸਪਿਟਲ ਦੀ ਕੰਡੀਸ਼ਨ ਦੱਸੀ ਹੈ, ਆਪਾਂ ਜੇ ਸਿਰਫ ਪੰਜਾਬ 'ਚ ਸੀਮਿਤ ਰਹੀਏ, ਤੇ ਖੁਦ ਮੇਰੇ ਆਪਣੇ ਵੀ ਦੇਖੇ ਹੈ ਹਸਪਤਾਲ ਜਿਹੜੇ ਸਾਡੇ ਹੈ, ਸਾਡਾ ਜਿਹੜਾ ਹੈਲਥ ਸਿਸਟਮ ਹੈ ਪੰਜਾਬ ਦਾ ਪਿੰਡਾਂ 'ਚ, ਉਹ ਬਹੁਤ ਮਾੜਾ ਹੈ ਡਿਸਪੈਂਸਰੀ ਹਸਪਤਾਲ। ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਆਮ ਆਦਮੀ ਪਾਰਟੀ ਕੇਜਰੀਵਾਲ ਕਹਿੰਦਾ ਵੀ ਮੇਰਾ ਦਿੱਲੀ ਦਾ ਹੈਲਥ ਮਾਡਲ ਬਹੁਤ ਚੰਗਾ ਹੈ, ਸਾਡੀਆਂ ਮੁਹੱਲਾ ਕਲੀਨਿਕ ਬਹੁਤ ਵਧੀਆ, ਸਾਡੀਆਂ ਹਸਪਤਾਲਾਂ 'ਚ ਸਟਾਫ ਦਵਾਈ ਹੈ, ਕਿ ਇਹ ਡਾਕਟਰ ਸਾਹਿਬ ਨੇ ਦੇਖਿਆ ਵੀ ਉਹ ਗੱਲ ਵਾਕਿਆ ਹੀ ਸੱਚੀ ਹੈ ਵੀ ਉਹਨਾਂ ਦਾ ਮਾਡਲ ਉਹਨਾਂ ਨੇ ਚੰਗਾ ਇੰਪਰੂਵ ਕਰ ਲਿਆ? ਔਰ ਸੈਕਿੰਡ ਸਵਾਲ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਵੀ ਕਿਤੇ ਐਗਰੀਕਲਚਰ ਇਕਨੋਮਿਕਸ ਦੀ ਗੱਲ ਆਉਂਦੀ ਹੈ, ਤੇ ਹਰ ਸੈਗਮੈਂਟ 'ਚ ਮੈਂ ਬੜੀਆਂ ਚੈਨਲਸ 'ਤੇ ਇਹ ਦੇਖਦਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਐਗਰੀਕਲਚਰ ਸੋਸ਼ਲ ਇਕਾਨਮਿਸਟ ਹੈ ਉਹੀ ਇਹਦੇ 'ਚ ਸਵਾਲ ਪੁੱਛਦੇ ਹੈ,
PAU ਦੇ ਐਗਰੀਕਲਚਰ ਦੇ ਜਿਹੜੇ ਸਾਇੰਟਿਸਟ ਹੈ, ਇਕਨੋਮਿਸਟ ਹੈ, ਉਹ ਹਮੇਸ਼ਾ ਪਾਸੇ ਰਹਿੰਦੇ ਆ, ਇਹ ਕੀ ਕਾਰਨ ਹੈ? ਸੋ ਇਹ ਦੋ ਸਵਾਲ ਹਨ ਜੀ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਡਾਕਟਰ ਸਾਹਿਬ ਕੁਐਸਚਨ ਸਮਝ ਆ ਗਏ ਦੋਨੋਂ? ਹਾਂਜੀ ਹਾਂਜੀ ਹਾਂਜੀ, ਮੈਂ ਜਵਾਬ ਹਾਂਜੀ ਆਂਸਰ ਲਓ ਬਾਜਵਾ ਸਾਹਿਬ। ਇੱਕ ਤਾਂ ਇਹ ਹੈ ਵੀ ਜਿਹੜੇ ਹਸਪਤਾਲਾਂ ਦਾ ਹਾਲ ਇਹਨਾਂ ਨੇ ਕਿਹਾ ਉਹ ਮਾੜਾ ਹੈਗਾ, ਪੰਜਾਬ ਸ਼ੱਕ ਨਹੀਂ ਉਹ ਸੁਧਰ ਸਕਦਾ ਹੈ ਬਿਨਾਂ ਬਹੁਤੇ ਪੈਸੇ ਲਾਏ। ਦਿੱਲੀ ਦੇ ਵਿੱਚ ਮੈਂ ਆਪ ਜਾ ਕੇ ਜਦ ਪਿਛਲੀ ਚੋਣ ਹੋਈ ਹੈ ਇਹਨਾਂ ਦੀ, ਉੱਥੇ ਮੈਂ ਆ ਪਾਸਪੋਰਟ ਹੀ ਲੈ ਗਿਆ ਸੀ, ਸੋਰੀ ਆ ਵੀਜ਼ਾ ਜੀ। ਤੇ ਮੈਂ ਇੱਕ ਜਗ੍ਹਾ ਤੇ ਬੈਠਾ, RSS ਦੇ ਬੰਦੇ ਕਹਿ ਰਹੇ ਸੀ ਕਿ ਕੇਜਰੀਵਾਲ ਜਿੱਤੋਦੇ ਅਜੇ ਗਿਣਤੀ ਨਹੀਂ ਹੋਈ ਸੀ। ਮੈਂ ਕਿਹਾ ਕਿਉਂ? ਕਹਿੰਦਾ ਜੀ ਆ ਤੁਸੀਂ ਇੱਥੇ ਨੇੜੇ ਹਸਪਤਾਲ ਹੈ ਨੇੜੇ ਤਾਂ ਜਾ ਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਵੀ ਇੰਨਾ ਵਧੀਆ ਕਿ RSS ਦੇ ਬੰਦੇ ਕਹਿ ਰਹੇ। ਮੈਂ ਤਾਂ ਨਹੀਂ ਵਿਜ਼ਿਟ ਕਰਿਆ, ਪਰ ਜੇ ਵਿਰੋਧੀ ਪਾਰਟੀ ਚੋਣਾਂ ਹੋ ਚੁੱਕੀਆਂ ਜਦੋਂ ਰਿਜ਼ਲਟ ਆਉਣਾ ਹੈ ਉਦੋਂ ਕਹਿ ਰਹੇ ਕਿ ਉਹ ਜਿੱਤੂਗਾ, ਅਸੀਂ ਨਹੀਂ ਜਿੱਤਣਾ, ਅਸੀਂ ਕਹਿ ਕਿਉਂ ਗੱਲ ਕਰਦੇ? ਸਭ ਅੰਡਰਸਟੂਡ ਹੈ ਵੀ ਉੱਥੇ ਚੰਗਾ ਹੋਇਆ, ਕਈਆਂ ਨੇ ਦੇਖਿਆ ਵੀ, ਪਰ ਜੇ ਆਪਾਂ ਕਹੀਏ ਉਹ ਸਭ ਕੁਛ ਚੰਗਾ ਹੈ ਉਹ ਗਲਤ ਹੈ। ਜੇ ਕਲੇਮ ਕਰੀਏ ਅਸੀਂ ਹਰ ਇਲ ਦੂਰ ਕਰਤੀ, ਉਹ ਨਹੀਂ ਹੈ। ਅੱਧੀ ਸਟੇਟ ਹੋਣ ਦੇ ਬਾਵਜੂਦ ਹੁਣ ਤਾਂ ਸਾਰੀਆਂ ਤੁਹਾਨੂੰ ਪਤਾ ਪਾਵਰਾਂ ਅਗਲੀਆਂ ਵੀ ਖੋਲੀਆਂ ਐਲਜੀ ਨੂੰ ਦਿੱਤੀਆਂ, ਤਾਂ ਉਹਨਾਂ ਨੇ ਕਰਿਆ। ਜਵਾਬ ਇੰਨਾ ਹੀ ਹੈ। ਦੂਜਾ ਸਵਾਲ ਹੈ ਜਿਹੜਾ ਉਹ ਇਹ ਹੈ ਕਿ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਆ ਉਹ ਬੇਸਿਕਲੀ ਅਮਰੀਕਨ ਪੈਟਰਨ 'ਤੇ ਚੱਲ, ਉਹ ਨਹੀਂ ਚਾਹੇ ਗ੍ਰੀਨ ਰੈਵੋਲੂਸ਼ਨ ਹੋਰ ਲਿਆਂਦਾ ਸੀ, ਉਹ ਟੋਟਲ ਉਹੀ ਇਕਨੋਮਿਕਸ 'ਤੇ ਚੱਲ ਰਹੀ ਹੈ ਜਿਹੜੀ ਕਾਰਪੋਰੇਟ ਦੀ ਹੈ, ਜਿਹੜੀ ਪੰਜਾਬੀ ਡਾਕਟਰ ਸਾਹਿਬ ਉਹ ਵੀ ਕਾਰਪੋਰੇਟ ਦਾ ਕੰਮ ਹੀ ਹੈ। ਮੇਰਾ ਨਾ ਇੱਕ ਇਹ 'ਚ ਇੱਕ ਸਵਾਲ ਨਿਕਲ ਗਿਆ, ਤੁਸੀਂ ਕੰਟੀਨਿਊ ਕਰਿਓ ਆਂਸਰ ਨੂੰ, ਕਿ ਐਟ ਦਿਸ ਟਾਈਮ ਸਨ 2021 'ਚ ਵੀ ਉਹ ਜਿਹੜਾ ਮਾਡਲ ਹੈ ਜਿਹੜਾ ਉਹ ਲੈ ਕੇ ਆਏ ਸੀ ਅਮਰੀਕਾ ਤੋਂ, ਉਹ ਜਿਹੜਾ ਕਨਸੈਪਟ ਹੈ ਉਹ ਹੱਲੇ ਵੀ ਉਸੇ ਤਰ੍ਹਾਂ ਉਸੇ ਕਨਸੈਪਟ 'ਤੇ ਚੱਲ ਰਿਹਾ ਮੌਜੂਦ? ਹਾਂਜੀ, ਇਹ ਬਿਲਕੁਲ ਉਸੇ 'ਤੇ ਚੱਲ ਰਹੇ ਨੇ, ਇਹੀ ਪ੍ਰੋਬਲਮ ਹੈ। ਇਹਨਾਂ ਨੇ ਕਦੇ ਸਫੈਦੇ ਦਵਾਤੇ, ਕਦੇ ਜੀਰੀ ਸ਼ੁਰੂ ਕਰਾਤੀ, ਹੁਣ ਉਸੇ ਕਨਸੈਪਟ 'ਚ ਆਇਆ ਵੀ ਡਾਇਵਰਸੀਫਿਕੇਸ਼ਨ ਕਰੋ। ਅਸਲ 'ਚ ਡਾਇਵਰਸੀਫਿਕੇਸ਼ਨ ਇਸ ਕਰਕੇ ਹੈ ਕਿ ਜਿਹੜਾ ਅਮੈਰੀਕਨ ਮਾਡਲ ਹੈ ਇਹ ਚਾਹੁੰਦਾ ਹੈ ਕਿ ਅਨਾਜ ਤਾਂ ਤੁਸੀਂ ਸਾਡੇ ਕੋਲ ਲਓ, ਅਨਾਜ ਪੈਦਾ ਕਰਨਾ ਕਰੋ, ਅੱਗੇ ਸਭ ਤੋਂ ਮੁੱਢ ਖਰੀਦੋ, WTO ਦੇ ਅੰਦਰ ਉਹ ਮਜ਼ਬੂਰ ਵੀ ਕਰਦੇ ਨੇ, ਆਪਦੀ ਕਣਕ ਵੇਚਣੀ ਚਾਹੁੰਦੇ ਨੇ, ਤੁਸੀਂ ਫੁੱਲ ਪਾਣੀ ਖੇਤੀ ਕਰੋ, ਉਹ ਮਾਡਲ ਹੈ। ਜਿਹੜੇ ਪੰਜਾਬੀ ਯੂਨੀਵਰਸਿਟੀ ਨੇ ਵਿੱਚ ਵਿਚਾਰੇ ਨੇ ਪੜ੍ਹੇ ਤਾਂ ਉਹ ਅਰਥ ਸ਼ਾਸਤਰ ਉਹੀ ਨੇ, ਅਮਰੀਕਾ ਦੇ ਕਿਤਾਬਾਂ ਉਹੀ ਪੜ੍ਹਦੇ ਆ, ਡਿਗਰੀਆਂ ਉਹੀ ਲੈਂਦੇ ਆ, ਪਰ ਉਹਨਾਂ ਨੇ ਮਾੜਾ ਮੋਟਾ ਕਿਉਂਕਿ ਕਿਸਾਨੀ ਤੋਂ ਜਿੰਨਾ ਗਾ ਕੇ ਰੋਜ਼ ਉਹਨਾਂ ਨੂੰ ਪੜ੍ਹਾ ਦਿੱਤਾ, ਬੱਚਿਆਂ ਨਾਲ ਹੋਰ ਤਰ੍ਹਾਂ ਖੇਤੀ ਤੌਰ ਕਰਦੇ ਨਹੀਂ ਹੈਗੇ ਜੀ, ਕਰਕੇ ਉਹ ਥੋੜ੍ਹਾ ਜਿਹਾ ਇੱਕ ਪੱਖ ਜਿਹੜਾ ਹੈ ਉਹ ਕਿਸਾਨਾਂ ਦੀ ਜਾਂ ਪਿੰਡਾਂ ਦੇ ਹੱਕ ਦੀ ਗੱਲ ਕਰ ਜਾਂਦਾ, ਪਰ ਜੇ ਅਸੀਂ ਕਹੀਏ ਵੀ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਹੈ, ਸੋਚ ਹੈ, ਸੋਚ ਉਹੀ ਹੈ ਜੋ ਵੈਸਟਰਨ, ਸਾਡਾ ਆਪਣਾ ਮਾਡਲ ਜਿਹੜਾ ਕਿ ਅਸੀਂ ਆਪਦੇ ਇੱਥੇ ਕੋਪਰੇਟਿਵ ਅਤੇ ਕਮਿਊਨਿਟੀ ਜੀ ਖੇਤੀ ਕਿਵੇਂ ਕਰਨੀ ਹੈ, ਆਪਣਾ ਸਾਡਾ ਭਾਈਚਾਰਾ ਸੀਗਾ ਕਮਿਊਨਿਟੀ ਦਾ, ਆਪ ਪਾਉਂਦੇ ਸੀ ਅਸੀਂ, ਸਾਰੀ ਫਸਲ ਵੱਢੀ ਜਾਂਦੀ ਸੀ, ਕਿਸੇ ਨੇ ਲੈਂਟਰ ਪਾਉਣਾ, ਕਿਸੇ ਨੇ ਛੱਤ ਪਾਉਣੀ ਆ, ਸਾਰੇ ਆ ਕੇ ਪਾ ਦਿੰਦੇ ਸੀ। ਸੋ ਇਸ ਕਰਕੇ ਜਿਹੜਾ ਸਾਡਾ ਭਾਈਚਾਰਾ ਸੀ, ਜਿਹੜਾ ਸਾਡਾ ਕੋਪਰੇਟਿਵ ਸਿਸਟਮ ਸੀ, ਇਹ ਸਹਿਕਾਰੀ ਸੀ, ਇਹ ਸਾਡਾ ਸਮੁਦਾਇਕ ਸੀ, ਲੋਕ ਆਮ ਲੋਕ ਬਿਨਾਂ ਕਿਸੇ ਜਥੇਬੰਦੀ ਦੇ, ਉਹ ਟੁੱਟ ਗਿਆ, ਸਾਨੂੰ ਉਹਦੀ ਲੋੜ ਜੀ ਕਾਰਪੋਰੇਟ ਦੀ ਜੀ 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 ਡਾਕਟਰ ਸਾਹਿਬ ਉਸ ਤੋਂ ਬਾਅਦ ਆਉਣਾ ਕਿ ਮੋਟੇ ਰੂਪ 'ਤੇ ਮੈਨੂੰ ਦੱਸੋ ਕਿ ਜਿਹੜਾ ਕਿਸਾਨੀ ਅੰਦੋਲਨ ਹੈ, ਮੇਰੇ ਕੋਲ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵੀ ਸੀ, ਸੰਨ 2022 'ਚ ਆਉਣ ਵਾਲੇ ਇਲੈਕਸ਼ਨ ਦੇ ਵੀ ਸੀ, ਉਹ ਆਪਾਂ ਕਿਸੇ ਦਿਨ ਫੇਰ ਸੈਗਮੈਂਟ ਲਾਵਾਂਗੇ। ਐਟ ਦਿਸ ਟਾਈਮ ਜਿਹੜਾ ਕਿਸਾਨੀ ਅੰਦੋਲਨ ਹੈ, ਲੋਕ ਫਿਰ ਦਿੱਲੀ ਦੀ ਬਰੂਹਾਂ 'ਤੇ ਦੁਬਾਰਾ ਇਕੱਠੇ ਹੋ ਰਿਹਾ, ਇਕੱਲੇ ਪੰਜਾਬ ਤੋਂ ਹਰਿਆਣੇ ਤੋਂ ਨਹੀਂ, ਲੋਕ ਹੋਰ ਆਸੇ ਪਾਸੇ, ਅੱਜ ਮੈਂ ਗਾਜ਼ੀਪੁਰ ਬਾਰਡਰ ਦੀ ਰਿਪੋਰਟ ਦੇਖ ਰਿਹਾ ਸੀ ਅੱਜ ਦੀ, ਇੰਨੀ ਰਿਸਟ੍ਰਿਕਸ਼ਨ ਹੋਣ ਤੋਂ ਬਾਅਦ ਵੀ ਉੱਥੇ ਦੁਬਾਰਾ ਇਕੱਠ ਹੋ ਰਿਹਾ, ਇੱਕ ਇਕੱਠ ਹੋਣਾ ਤੋਂ ਤਾਂ ਪਹਿਲਾਂ ਵੀ ਦਿਖਾ ਚੁੱਕੇ ਕਿਸਾਨ, ਪਰ ਸਰਕਾਰ ਦਾ ਕੋਈ ਡਿਸੀਜਨ ਜਾਂ ਗੱਲਬਾਤ ਕਰਨ ਦਾ ਤਰੀਕਾ ਜਾਂ ਕੋਈ ਸੋਲੂਸ਼ਨ ਵੱਲ ਨੂੰ ਕੋਈ ਗੱਲ ਜਾਂਦੀ ਦਿਖਦੀ ਹੈ ਕਿ ਨਹੀਂ? ਦੇਖੋ ਅਜੇ ਤਾਂ ਸਰਕਾਰ ਦੀ ਕੋਈ ਨਹੀਂ ਦਿਖਦੀ, ਮੈਂ ਸਹੀ ਗੱਲ ਕਹਾਂ, ਸਰਕਾਰ ਅਜੇ ਇਨਫਿਊਜ਼ਨ 'ਤੇ ਲੱਗੀ ਹੋਈ ਹੈ, ਚਾਹੇ ਖਾਲਿਸਤਾਨੀ ਕਹਿ ਕੇ ਤੁਰੇ, ਚਾਹੇ ਅੱਤਵਾਦੀ ਕਹਿ ਕੇ ਤੁਰੇ, ਚਾਹੇ ਹੁਣ ਕਰੋਨਾ ਕਹਿ ਕੇ, ਕਰੋਨਾ ਇਸ ਗੱਲ ਦੇ ਉੱਤੇ ਵੀ ਤੁਰੀ ਹੋਈ ਹੈ। ਅਨਿਲ ਵਿੱਜ ਜੀ ਜਿਹੜੇ ਹੈਗੇ ਨੇ ਉਹਨਾਂ ਨੇ ਹਰਿਆਣਾ ਦੇ ਮੰਤਰੀ, ਹਾਂਜੀ ਹਰਿਆਣਾ ਦੇ ਮੰਤਰੀ ਨੇ ਕਿ ਅਸੀਂ ਇਹਨਾਂ ਦੇ ਸਾਰਿਆਂ ਦੇ ਟੈਸਟ ਕਰਾਂਗੇ। ਹਰਸ਼ਵਰਧਨ ਜੀ ਨੇ ਬਿਆਨ ਦਿੱਤਾ ਵੀ ਜਿਹੜੇ ਉਹ ਕਿਸਾਨ ਦਿੱਲੀ ਦੀਆਂ ਬਰੂਹਾਂ 'ਚ ਬੈਠੇ ਨੇ ਉਹ ਪੰਜਾਬ ਜਾ ਕੇ ਕਰੋਨਾ ਫੈਲਾਉਂਦੇ ਨੇ, ਉਹਨਾਂ ਨੇ ਇੱਕ ਰਿਪੋਰਟ ਵੀ ਤਿਆਰ ਕਰਾਤੀ ਇੱਥੇ ਪੰਜਾਬ ਦੀ ਵੀ, ਬੜੋ ਪੰਜਾਬ ਕਾ ਆਏ ਆ ਕੁੜੀਆਂ ਜੀ। ਇਸ ਤੋਂ ਅੱਗੇ ਚੰਗੀ ਗੱਲ ਉਹਨਾਂ ਨੇ ਜੋ ਕਰੀ ਹੈ ਪੰਜਾਬ ਨੂੰ ਵੱਧੂ ਕਰਨ ਵਾਸਤੇ, ਸਾਨੂੰ ਨਨਕਾਣਾ ਸਾਹਿਬ ਜਾਣ ਦਾ ਦਿੱਤਾ ਨਹੀਂ, ਸੰਸਦ 'ਚ ਬਿਆਨ ਦਿੱਤਾ ਕਿ ਜੀ ਇਹ ਤਾਂ ਕਰੋਨਾ ਪੈ, ਹਾਲਾਂਕਿ ਉੱਥੇ ਸਾਡੇ ਨੂੰ ਤਕਰੀਬਨ 40% ਕਰੋਨਾ ਦੇਖੀ ਜੀ, ਮਤਲਬ ਜੇ ਪਰ ਮਿਲੀਅਨ ਪਾਪੂਲੇਸ਼ਨ ਦੇਖੀ ਡੈਥ ਵੀ ਘੱਟ ਹੈ, ਅਤੇ ਸਾਨੂੰ ਹੋਲੇ ਮਹੱਲੇ ਦੇ ਵਿੱਚ ਵੀ ਕਿਹਾ ਵੀ ਆਪਣੇ ਟੈਸਟ ਕਰਾਓ, ਪਰ ਜਦ ਕੁੰਭ ਦਾ ਮੇਲਾ ਜਿੱਥੇ 5 ਕਰੋੜ ਲੋਕ ਇਕੱਠਾ ਹੋਣ, ਜਿੱਥੇ 30 ਲੱਖ ਬੰਦਾ ਇਕੱਠਾ ਇਸ਼ਨਾਨ ਕਰਦਾ ਹੈ ਨਾਲ ਜੁੜ ਕੇ,
ਉਹਨੂੰ ਕੋਈ ਉਹਦੇ 'ਚ ਕੋਈ ਟੈਸਟ ਨਹੀਂ ਕਰਨਾ ਕੁਝ ਨਹੀਂ, ਬਲਕਿ ਮੁੱਖ ਮੰਤਰੀ ਬਦਲਤਾ ਆਪਣਾ ਜਿਹੜਾ ਮਾਡੀ ਰਿਸਟ੍ਰਿਕਸ਼ਨ ਆਉਣਾ ਦਿੱਤਾ ਜੀ ਉੱਤਰਾਖੰਡ ਦਾ ਜੀ, ਤੇ ਇੱਥੇ ਮਾਤਾ ਪੁੱਤਾ ਦੇਵੀ ਦਾ ਮੰਦਿਰ ਹੈ ਜੀ ਜੀ, ਆ ਸਾਡੇ ਆਲੀ ਚੰਡੀਗੜ੍ਹ 180 ਬੰਦਿਆਂ ਨੂੰ ਉਹ 15 ਮਿੰਟ ਦਰਸ਼ਨ ਕਰਾਉਂਦੇ ਨੇ, ਉਹ ਕਿਹੜੀ ਸੋਸ਼ਲ ਡਿਸਟੈਂਸ ਹੋ ਗਈ, ਫਿਜ਼ੀਕਲ ਡਿਸਟੈਂਸ ਹੋਏਗੀ, ਤੇ ਇਹ ਸ਼੍ਰਾਈਨ ਬੋਰਡ ਦਾ ਧਿਆਨ ਹੈ ਔਰ ਸ਼੍ਰਾਈਨ ਬੋਰਡ ਸਰਕਾਰ ਦਾ ਹੈ, ਪੰਜਾਬ ਦਾ ਧਿਆਨ ਨਹੀਂ ਹੈ ਸਰਕਾਰ ਦਾ। ਸੋ ਅਸੀਂ ਮਨੋਰਟੀਜ਼ ਨੂੰ ਤੰਗ ਕਰਨ ਵਾਸਤੇ ਵਰਤ ਰਹੇ ਹਾਂ ਅਜੇ ਵੀ, ਉਹਦੇ ਰਾਹੀਂ ਅਸੀਂ ਕਿ ਫੌਜ ਕਹਿੰਦੇ ਜੀ ਕਰੋਨਾ ਸਭ ਤੋਂ ਕੰਟਰੋਲ ਹੁੰਦਾ ਨਹੀਂ ਫੌਜ ਬੁਲਾ ਲਓ, ਫਿਰ ਅਸੀਂ ਫੌਜ ਬੁਲਾ ਕੇ ਸਾਡਾ ਇਹ ਹੈ ਸਰਕਾਰ ਨਾਲ ਵੀ ਅਸੀਂ ਹੌਟਸਪੌਟ ਡਿਕਲੇਅਰ ਕਰਾ ਦਈਏ, ਹੌਟਸਪੌਟ ਡਿਕਲੇਅਰ ਕਰਾ ਕੇ ਜੀ, ਜਦ ਹੌਟਸਪੌਟ ਹੈ ਨਹੀਂ, ਜਦ ਕੋ ਹੈ ਨਹੀਂ ਉੱਥੇ ਕੋਈ ਕਰੋਨਾ ਨਾ ਡਿਕਲੇਅਰ ਕਰਾ ਕੇ ਫਿਰ ਫੌਜ ਨੂੰ ਗੋਲੀ ਚਲਾਉਣ ਦੀ ਤਾਂ ਇਹ ਕਹੀ ਵੀ ਦੇਖੋ ਜੀ ਕਰੋਨਾ ਖਤਮ ਕਰਾਓ, ਜਾਂ ਫਿਰ ਅਸੀਂ ਸੁਪਰੀਮ ਕੋਰਟ ਦੇ ਬੁੱਧੀਜੀਵੀਆਂ ਨੇ ਤੇ ਜਾਂਦੇ ਨੇ ਆਪਾਂ ਪਹਿਲੇ ਸੈਗਮੈਂਟ ਦੇ ਕਿਹਾ, ਜਾਂ ਉਹਦੇ ਰਾਹੀਂ ਕਹੀਏ ਦੇਖੋ ਜੀ ਕਿੰਨੇ ਜਿੱਤੇ, ਇਹ ਤਾਂ ਗੱਲ ਹੀ ਨਹੀਂ ਸੁਣਦੇ, ਸਰਕਾਰ ਤਾਂ ਇਸ ਪਾਸੇ ਤਰੀਕ ਰਾਹੀਂ ਬਸ ਜੀ ਜੀ ਸਰਕਾਰ ਇਸ ਪਾਸੇ ਤੁਰ, ਪਰ ਕਿਸਾਨਾਂ ਦਾ ਜਿਹੜਾ ਡਿਟਰਮੀਨੇਸ਼ਨ ਹੈ ਦੇਸ਼ ਵਾਸਤੇ ਚੰਗਾ ਹੈ, ਇਹ ਮਨੁੱਖਤਾ ਵਾਸਤੇ ਚੰਗਾ ਹੈ, ਇਹ ਚੰਗਾ ਰਸਤਾ ਦੇ ਨਾਲ ਜਿੱਤਣ ਜੀ। ਡਾਕਟਰ ਸਾਹਿਬ ਕਹਿਣ ਦਾ ਮਤਲਬ ਅੱਡ ਅੱਡ ਐਵਨੀਆਂ ਤੋਂ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ, ਇਹਦੀ ਡਿਟੇਲਸ ਆਪਾਂ ਅਗਲੇ ਕਿਸੇ ਦਿਨ ਆਪਾਂ ਜ਼ਰੂਰ ਚੱਲਾਂਗੇ, ਅਤੇ ਇੱਕ ਜਿਹੜਾ 2022 ਦਾ ਇਲੈਕਸ਼ਨ ਦਾ ਹੈਗਾ ਉੱਥੇ ਵੀ ਮੈਂ ਜ਼ਰੂਰ ਜਾਊਂਗਾ, ਪਰ ਇੱਕ ਲਾਸਟ ਕੁਐਸਚਨ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ, ਅਸੀਂ ਇਸ ਮੰਚ ਤੋਂ ਜੋ ਵੀ ਚੀਜ਼ ਇਨਸਾਨੀਅਤ ਦੇ ਖਿਲਾਫ ਹੈ ਉਹਦੀ ਨਿਖੇਧੀ ਕਰਦੇ ਹਾਂ, ਚਾਹੇ ਭਾਰਤੀ ਜਨਤਾ ਪਾਰਟੀ ਦਾ ਅਬੋਹਰ ਦਾ MLA ਉਹਨਾਂ ਜੋ ਬਦਤਮੀਜ਼ੀ ਕੀਤੀ ਗਈ ਅਸੀਂ ਉਹਦੀ ਨਿਖੇਧੀ ਕੀਤੀ ਹੈ, ਚਾਹੇ ਗੀਤਾ ਜਾਂ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਹੁੰਦੀ ਹੈ ਰੱਜ ਕੇ ਨਿਖੇਧੀ ਕਰਦੇ ਹਾਂ ਜੀ ਅਸੀਂ। ਇੱਕ ਕੁਐਸਚਨ ਮੇਰਾ ਤੁਹਾਡੇ ਤੋਂ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਗੱਲ ਸਿੱਖ ਸਮਾਜ ਤੱਕ ਨਹੀਂ ਜਿਹੜੇ ਪੂਰੇ ਇੰਟਾਇਰ ਵਰਲਡ ਦੇ ਵਿੱਚ ਜਿਹੜੇ ਇਸ ਚੀਜ਼ ਨੂੰ ਮੰਨਦੇ ਹੈ ਉਹਨਾਂ ਨੂੰ ਹਿਰਦੇ ਵਿੱਚ ਇੱਕ ਦੁੱਖ ਹੈ ਕਿ ਚਲੋ ਆਪਾਂ ਕਿਸੇ ਸਰਕਾਰ ਨੂੰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਇੱਕ ਇਹ ਕਿ ਸਿਟਸ ਵੀ ਬਣ ਜਾਂਦੀਆਂ ਆ, ਕਮਿਸ਼ਨ ਵੀ ਬੈਠ ਜਾਂਦੇ ਹੈ, ਉਸ ਤੋਂ ਬਾਅਦ ਫਿਰ ਉਹ ਕੈਂਸਲ ਹੋ ਜਾਂਦੇ, ਫਿਰ ਨਵਾਂ ਟਾਈਮ ਨਿਕਲ ਹੀ ਜਾਂਦਾ ਆ, ਕਦੋਂ ਇਨਸਾਫ ਮਿਲੂਗਾ ਇੱਕ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ? ਲਾਸਟ ਆਪਣੇ ਕੋਲ 2-3 ਮਿੰਟ ਹੈ ਜੀ। ਬਸ ਮੈਂ ਇੱਕ 2-3 ਮਿੰਟ ਦੀ ਗੱਲ ਕਰਨਾ, ਇੱਕ ਤਾਂ ਇਹ ਹੈ ਕਿ ਉਹ ਸ਼ੁਰੂ ਤੋਂ ਹੀ ਸਭ ਕੁਝ ਜਾਤੀ ਹੋਈ ਹੈ, ਕੋਈ ਅੱਜ ਨਹੀਂ ਹੋਈ ਜੀ, ਦੇ ਵਿੱਚ ਜਿਹੜੇ ਸ਼ਾਂਤਮਈ ਬੈਠੇ ਨੇ ਸੜਕ ਤੇ ਇੱਕ ਪਾਸੇ ਤੇ ਗੋਲੀ ਚਲਾ ਦਿੰਦੇ ਹੋ ਤੁਸੀਂ, ਬਿਲਕੁਲ ਜੀ, ਤੇ ਫਿਰ ਮੁੜ ਕੇ ਜਿਹੜਾ ਗ੍ਰੰਥ ਦੇ ਸਾਰੇ ਜੀ ਰਹੇ ਨੇ ਉਹ ਜੀ ਰਹੇ ਜੀ ਜੀ, ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਸਿਰਾਂ ਦੇ ਸਿਰ ਛੋਟੇ ਸਮੇਂ ਦੇ ਵਿੱਚ ਆਪਣੇ ਗ੍ਰੰਥ ਵਾਸਤੇ ਇੰਨੀਆਂ ਕੁਰਬਾਨੀਆਂ ਕਿਸੇ ਨੇ ਦਿੱਤੀਆਂ ਨਹੀਂ, ਕਈ ਗੱਲਾਂ ਵਾਸਤੇ ਕੁਰਬਾਨੀਆਂ ਦੁਨੀਆਂ 'ਚ ਬਹੁਤ, ਪਰ ਇੱਕੋ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਦੇ ਗੁਰਦੁਆਰਿਆਂ ਵਾਸਤੇ ਇੰਨੀਆਂ ਕੁਰਬਾਨੀਆਂ ਇੰਨੇ ਸਮੇਂ 'ਚ ਇੰਨੇ ਘੱਟ ਸਮੇਂ 'ਚ ਨਹੀਂ ਹੁੰਦੀ, ਅਸੀਂ ਉਸ ਨੂੰ ਇਹ ਦੇਖਣ ਦੇ ਵਿੱਚ ਅਸੀਂ ਮਨੋਰਟੀ ਨੂੰ ਇੱਕ ਪ੍ਰੈਸ਼ਰਾਈਜ਼ ਕਰਨਾ ਤੇ ਇਹਨੂੰ ਇੱਕ ਉੱਤਾਂ ਦਾ ਹਥਿਆਰ ਬਣਾਇਆ ਜੀ, ਉੱਤਾਂ ਦਾ ਹਥਿਆਰ ਬਣਾਉਣ ਤੇ 2017 ਤੋਂ ਜਿਹੜੀ ਮੌਜੂਦਾ ਸਰਕਾਰ ਪਾ ਗਈ ਅਸੀਂ ਵਰਗਾਲੀ ਕਾਂਡ ਦਾ ਉਹ ਕਰਾਂਗੇ, ਉੱਥੇ ਬੜੇ ਉੱਚੇ ਵੀ ਨੇ ਲਾਏ ਵੀ ਅਸੀਂ ਤਾਂ ਜੀ ਆਏ ਹੋਏ ਸੀ ਵੀ ਹਰੇਕ ਨੂੰ ਦਿੱਤੀ, ਸੋ ਅਸੀਂ ਜੋ ਪੋਲੀਟੀਕਲ ਗੇਮ ਬਣਾਇਆ ਇਹਨੂੰ ਅਸੀਂ ਕਾਫੀ ਗੇਮ ਹੀ ਨਹੀਂ ਬਣਾਇਆ ਜੀ, ਉਹ ਆ ਕੇ ਹੁਣ ਜੋ ਫੈਸਲਾ ਹੋਇਆ ਆਮ ਤੌਰ ਤੇ ਅਦਾਲਤਾਂ ਇਹ ਕਹਿ ਸਕਦੀਆਂ ਨੇ ਕਿ ਅੱਖ ਇਹਦੀ ਇਨਵੈਸਟੀਗੇਸ਼ਨ ਹੋਈ ਨਹੀਂ, ਇਹ ਵੀ ਕਰੋ ਇਹ ਤਾਂ ਕਹਿ ਸਕਦੇ ਇਨਵੈਸਟੀਗੇਸ਼ਨ ਕੀਤੀ ਕਰਨੀ ਹੈ, ਇਹਨੂੰ ਕੁਝ ਕਰਾਉਣਾ ਹੈ, ਕਿਹੜੇ ਕਿਹੜੇ ਤਰੀਕੇ ਵਰਤੇ ਨੇ, ਕੌਣ ਇਨਵੈਸਟੀਗੇਸ਼ਨ ਕਰੇ ਜੀ, ਇਹ ਅਦਾਲਤ ਨੇ ਉਹ ਵੀ ਕਹਿਤਾ, ਇਸ ਕਰਕੇ ਸ਼ੰਕੇ ਇਹ ਨੇ ਵੀ ਕਿਤੇ ਨਾ ਕਿਤੇ ਕੋਈ ਮਿਲ ਕੋਪ ਹੈਗਾ ਜਿਹੜਾ ਇਨਸਾਫ ਦੇਣਾ ਨਹੀਂ ਚਾਹੁੰਦਾ, ਇਹਨੂੰ ਆ ਕੇ ਰੱਖਣਾ ਚਾਹੁੰਦਾ ਹੈ, ਚੰਡੀਗੜ੍ਹ ਦਾ ਮਾਮਲਾ ਲਟਕਾ ਰਹੇਗਾ, ਫੈਸਲਾ ਹਰ ਵਾਰੀ ਕਹਿੰਦੇ ਕਿ ਚੰਡੀਗੜ੍ਹ ਲੈ ਕੇ ਜੇ ਮਾਮਲਾ ਖਤਮ ਹੋ ਗਿਆ ਫਿਰ ਕਿੱਥੇ, ਇਸ ਕਰਕੇ ਮੈਨੂੰ ਇਹ ਲੱਗਦਾ ਵੀ ਇਹਨੂੰ ਟਾ ਕੇ ਰੱਖਦੇ ਨੇ, ਇਨਸਾਫ ਦੇਣਾ ਨਹੀਂ, ਪਿਛਲੇ ਸਾਲ ਹੋਇਆ ਸੀ ਤੇ ਪਰਸੋਂ ਜੀ ਉਹਦੀ ਵਰਡਿਕਟ ਆ ਗਈ ਹੈ, ਜਸਟਿਸ ਹੋ ਗਿਆ ਜੀ, ਸੈਕਿੰਡ ਡਿਗਰੀ ਮਰਡਰ ਦੇ ਵਿੱਚ ਉਸ ਪੁਲਿਸ ਆਫਿਸਰ ਨੂੰ ਚਾਰਜ ਕਰ ਲਿਆ ਗਿਆ ਇੱਕ ਸਾਲ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਡਾਕਟਰ ਸਾਹਿਬ ਗੱਲ ਇਹ ਹੁੰਦੀ ਹੈ ਕਿ SYL ਦਾ ਮੁੱਦਾ ਹੋਇਆ, ਚੰਡੀਗੜ੍ਹ ਦਾ ਮੁੱਦਾ ਹੋਇਆ, ਜਾਂ ਤੁਸੀਂ ਕਿਸੇ ਪਾਸੇ ਹੋਰ ਲੈ ਲਓ ਕੰਟਰੀ ਦੇ, ਇਹ ਜਿਹੜੀਆਂ ਚੀਜ਼ਾਂ ਦੇ ਮਸਲੇ ਹੁੰਦੇ ਨਾ ਕਈ ਵਾਰ ਲਟਕਾਏ ਤਾਂ ਜਾਂਦੇ ਕਿ ਰਾਜਨੀਤੀ ਚੱਲਦੀ ਰਹੇ, ਪਰ ਜਦੋਂ ਸ਼੍ਰੀ ਚਾਹੇ ਉਹ ਪਵਿੱਤਰ ਗੀਤਾ ਰਮਾਇਣ ਦਾ ਬੇਅਦਬੀ ਹੋਵੇ, ਕੁਰਾਨ ਸ਼ਰੀਫ ਦੀ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਉੱਥੇ ਫਿਰ ਲੋਕਾਂ ਦੀਆਂ ਭਾਵਨਾਵਾਂ ਬਹੁਤ ਜੁੜੀਆਂ ਹੁੰਦੀਆਂ ਨੇ, ਕੋਸ਼ਿਸ਼ ਕਰਦੇ ਹਾਂ ਕਿ ਉਹ ਇਹੋ ਜਿਹਾ ਭਾਣਾ ਕਿਸੇ ਵੀ ਦੇਸ਼ 'ਚ ਧਰਤੀ 'ਤੇ ਕਿਤੇ ਨਾ ਵਰਤੇ। ਤੁਸੀਂ ਟਾਈਮ ਕੱਢਿਆ ਡਾਕਟਰ ਸਾਹਿਬ, ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ, ਅਤੇ ਅਰਦਾਸ ਕਰਦੇ ਹਾਂ ਪਰਮਾਤਮਾ ਕਿ ਤੁਸੀਂ ਸਦਾ ਸਿਹਤਮੰਦ ਰਹੋ ਅਤੇ ਪਰਿਵਾਰ ਵੀ ਸਿਹਤਮੰਦ ਰਹੇ, ਅਤੇ ਫਿਰ ਆਪਾਂ ਕਿਸੇ ਦਿਨ ਸੈਸ਼ਨ ਲਾਵਾਂਗੇ, ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦਾ ਜੀ, ਸ਼ੁਕਰੀਆ ਜੀ, ਬਹੁਤ ਬਹੁਤ।
ਬਹੁਤ ਬਹੁਤ ਧੰਨਵਾਦ, ਜਸ ਕਮੀ ਦਾ ਵੀ, ਸਾਰੀ ਟੀਮ ਦਾ ਵੀ, ਗੁਰਨਾਥ ਜੀ ਤੁਹਾਡਾ ਧੰਨਵਾਦ ਜੀ, ਧੰਨਵਾਦ ਡਾਕਟਰ ਸਾਹਿਬ ਦਾ। ਦਰਸ਼ਕੋ ਇਹ ਸਨ ਡਾਕਟਰ ਪਿਆਰੇ ਲਾਲ ਗਰਗ, ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜੁੜੇ ਹੋਏ ਸੀ, ਅਤੇ ਬਹੁਤ ਸੋਹਣਾ ਐਲੈਬੋਰੇਸ਼ਨ ਉਹਨਾਂ ਨੇ ਹਰ ਚੀਜ਼ 'ਤੇ ਕੀਤਾ, ਪਰ ਕੁਐਸਚਨ ਬਹੁਤ ਸੀਗੇ। ਆਪਾਂ ਫਿਰ ਕਿਸ ਦਿਨ ਇਹਨਾਂ ਨਾਲ ਦੁਬਾਰਾ ਸੈਸ਼ਨ ਲਾਵਾਂਗੇ। ਜੇ ਤੁਹਾਡਾ ਕੋਈ ਜ਼ਹਿਨ ਦੇ ਵਿੱਚ ਹੋਇਆ ਤਾਂ ਸਾਨੂੰ ਜ਼ਰੂਰ ਈਮੇਲ ਕਰਿਓ, info@justbroadcasting.com, ਅਤੇ ਜਾਂ ਤੁਸੀਂ ਕਾਲ ਕਰਕੇ ਆਪਦਾ ਵਿਚਾਰ ਰੱਖ ਸਕਦੇ ਹੋ। ਅਤੇ ਆਪਦਾ ਪੂਰਾ ਖਿਆਲ ਰੱਖਿਓ, ਕਿਉਂਕਿ ਰਿਸਟ੍ਰਿਕਸ਼ਨਾਂ ਹਰ ਪਾਸੇ ਵੱਧ ਰਹੀਆਂ ਨੇ, ਅਤੇ ਕਹਿੰਦੇ ਹੁੰਦੇ ਨਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ। ਆਪਦਾ ਖਿਆਲ ਰੱਖਿਓ, ਮੈਨੂੰ ਗੁਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।